ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਵੀਕਐਂਡ ਤੋਂ ਬਾਅਦ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬ 'ਚ ਇੱਕ ਨਵੀਂ ਡਿਵੈਲਪਮੈਂਟ ਦੀ। ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਕਾਂਗਰਸ ਵਿੱਚ ਰਲ ਗਿਆ। ਆਉਣ ਵਾਲੀਆਂ ਚੋਣਾਂ 'ਚ ਇਸ ਡਿਵੈਲਪਮੈਂਟ ਦਾ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਏਗਾ, ਇਹ ਮਸਲਾ ਆਪਾਂ ਅੱਜ ਵਿਚਾਰਾਂਗੇ। ਪਰ ਰੋਜ਼ ਵਾਂਗੂ ਮੈਂ ਇਸ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਕ, ਯਾਨੀ ਕੈਲੀਫੋਰਨੀਆ, ਬ੍ਰਿਟਿਸ਼ ਕੋਲੰਬੀਆ ਇਲਾਕਿਆਂ 'ਚ ਸ਼ਾਮ 5:30 ਅਤੇ ਈਸਟਰਨ ਟਾਈਮ ਮੁਤਾਬਕ, ਯਾਨੀ ਨਿਊਯਾਰਕ, ਨਿਊ ਜਰਸੀ, ਟੋਰੋਂਟੋ ਇਲਾਕਿਆਂ 'ਚ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ ਹੈ। ਅੱਜ ਆਪਾਂ ਇੱਕ ਬਹੁਤ ਅਹਿਮ ਮਸਲੇ 'ਤੇ ਗੱਲ ਕਰਨ ਜਾ ਰਹੇ ਹਾਂ। 2017 ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਲਗਾਤਾਰ ਸਿਆਸੀ ਸਰਗਰਮੀਆਂ ਸਾਹਮਣੇ ਆ ਰਹੀਆਂ ਨੇ। ਪਿੱਛੇ ਜੇ ਤੁਹਾਨੂੰ ਪਤਾ ਹੀ ਆ ਕਿ ਪੀਪਲਸ ਪਾਰਟੀ ਆਫ ਪੰਜਾਬ ਦੇ ਸਰਪ੍ਰਸਤ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਸ਼ਾਮਲ ਹੋ ਗਏ। 4 ਕੁ ਦਿਨ ਪਹਿਲਾਂ ਅਕਾਲੀ ਦਲ ਲੌਂਗੋਵਾਲ ਦੀ ਮੁਖੀ ਸੁਰਜੀਤ ਕੌਰ ਬਰਨਾਲਾ ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ ਅਤੇ ਐਤਵਾਰ ਨੂੰ, ਯਾਨੀ 17 ਅਪ੍ਰੈਲ ਨੂੰ, ਉਹਨਾਂ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ। ਸੁਰਜੀਤ ਕੌਰ ਬਰਨਾਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਘਰੋਂ ਨੇ। ਪੰਜਾਬ 'ਚ 1985 ਤੋਂ ਲੈ ਕੇ 87 ਤੱਕ ਸੱਤਾ 'ਚ ਰਹੇ ਅਕਾਲੀ ਦਲ ਬਰਨਾਲਾ ਹੌਲੀ ਹੌਲੀ ਪਿਛਲੇ ਕਈ ਸਾਲਾਂ ਤੋਂ ਸਿਆਸੀ ਹਲਕਿਆਂ 'ਚ ਕੁਝ ਫਿੱਕਾ ਜਿਹਾ ਪੈਂਦਾ ਨਜ਼ਰ ਆ ਰਿਹਾ। 2012 ਚੋਣਾਂ 'ਚ ਬਰਨਾਲਾ ਗੁੱਟ ਨੇ ਖੱਬੇ ਪੱਖੀ ਪਾਰਟੀਆਂ ਅਤੇ ਪੀਪਲਸ ਪਾਰਟੀ ਆਫ ਪੰਜਾਬ ਨਾਲ ਇੱਕ ਸਾਂਝਾ ਮੋਰਚੇ ਦਾ ਗਠਨ ਕੀਤਾ ਸੀ। ਉਹਨਾਂ ਚੋਣਾਂ 'ਚ ਸਾਂਝਾ ਮੋਰਚਾ ਨੂੰ ਕੋਈ ਸੀਟ ਹਾਸਲ ਤਾਂ ਨਹੀਂ ਹੋਈ। ਮੋਰਚੇ ਦੀ ਇੱਕ ਤਰ੍ਹਾਂ ਨਾਲ ਕਾਰਗੁਜ਼ਾਰੀ ਬਹੁਤ ਮਾੜੀ ਰਹੀ, ਪਰ ਫਿਰ ਵੀ ਮੋਰਚੇ ਨੂੰ ਕਰੀਬ 5% ਵੋਟ ਜ਼ਰੂਰ ਹਾਸਲ ਹੋਈ, 5.4% ਦੇ ਕਰੀਬ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇ ਸਾਂਝਾ ਮੋਰਚਾ ਨਾ ਹੁੰਦਾ ਤਾਂ 2012 ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਚੋਣਾਂ ਜਿੱਤ ਸਕਦੀ ਸੀ। ਇਹਨਾਂ ਚੋਣਾਂ 'ਚ ਕਾਂਗਰਸ ਦੀ ਹਾਰ ਕਰੀਬ 1% ਵੋਟ ਨਾਲ ਹੋਈ ਸੀ। ਭਾਵੇਂ ਅਕਾਲੀ ਦਲ ਅਤੇ ਕਾਂਗਰਸ ਦੇ ਦਰਮਿਆਨ ਜਿਹੜੇ ਸੀਟਾਂ ਦਾ ਫਾਸਲਾ ਸੀ ਉਹ ਕਰੀਬ 10 ਸੀਟਾਂ ਦਾ ਫਾਸਲਾ ਸੀ, ਪਰ ਵੋਟ ਪਰਸੈਂਟੇਜ ਵੇਖੀਏ ਤਾਂ ਸਿਰਫ 1% ਵੋਟ ਦੇ ਨਾਲ ਕਾਂਗਰਸ ਦੀ ਹਾਰ ਹੋਈ ਸੀ। ਜੇ ਤਾਂ ਆਪਾਂ ਇਸ ਡਿਵੈਲਪਮੈਂਟ ਨੂੰ, ਜਿਹੜੀ ਆ 2 ਦਿਨ ਪਹਿਲਾਂ ਹੋਈ ਆ, ਇਹਨੂੰ ਆਪਾਂ ਸਿਆਸੀ ਰਣਨੀਤੀ ਦੇ ਤਹਿਤ ਦੇਖੀਏ ਤਾਂ ਕਾਂਗਰਸ ਵੱਲੋਂ PPP ਅਤੇ ਅਕਾਲੀ ਦਲ ਲੌਂਗੋਵਾਲ ਨਾਲ ਇੱਕਜੁੱਟ ਹੋਣਾ ਆਪਾਂ ਕਹਿ ਸਕਦੇ ਵੀ ਇੱਕ ਸਮਾਰਟ ਮੂਵ ਆ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਇਹਦੇ ਨਾਲ ਅਕਾਲੀ ਦਲ ਲੌਂਗੋਵਾਲ ਦੀ ਜਿਹੜੀ ਹੋਂਦ ਆ ਉਹ ਬਿਲਕੁਲ ਖਤਮ ਹੋ ਜਾਊਗੀ। ਹਾਂ, ਇਹ ਜ਼ਰੂਰ ਆ ਵੀ ਉਹਨੂੰ ਲੌਂਗੋਵਾਲ ਦੇ ਗੁੱਟ ਦੇ 2-3 ਲੀਡਰਾਂ ਨੂੰ, ਜਿਵੇਂ ਗਗਨਜੀਤ ਬਰਨਾਲਾ ਜਿਹੜਾ ਸੁਰਜੀਤ ਸਿੰਘ ਬਰਨਾਲਾ ਦਾ ਬੇਟਾ ਵਾ, ਫਿਰ ਜਾਂ ਸਿਮਰ ਪ੍ਰਤਾਪ, ਇਹਨਾਂ ਨੂੰ ਸ਼ਾਇਦ ਕਾਂਗਰਸ ਦੀਆਂ 2-3 ਟਿਕਟਾਂ ਜ਼ਰੂਰ ਮਿਲ ਜਾਣ। ਕਾਂਗਰਸ ਦੀ ਇਹ ਵੀ ਕੋਸ਼ਿਸ਼ ਹੈ ਕਿ ਖੱਬੇ ਪੱਖੀ ਪਾਰਟੀਆਂ ਜਿਹੜਾ ਸਾਂਝਾ ਮੋਰਚਾ ਦਾ ਹਿੱਸਾ ਸਨ ਉਹਨਾਂ ਨਾਲ ਵੀ ਉਹ ਸੰਧੀ ਕਰ ਲੈਣ। ਇਸੇ ਕਰਕੇ ਕਿਹਾ ਜਾ ਰਿਹਾ ਕਿ ਸ਼ਾਇਦ ਅਮਰਿੰਦਰ ਸਿੰਘ ਦੀ CPM ਦੇ ਜਨਰਲ ਸੈਕਟਰੀ ਸੀਤਾਰਾਮ ਯੇਚੁਰੀ ਨਾਲ ਵੀ ਮੀਟਿੰਗ ਹੋਈ ਹੈ। ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 2012 ਅਤੇ 2017 'ਚ ਬਹੁਤ ਫਰਕ ਹੈ। ਇਸ ਦਰਮਿਆਨ ਪੰਜਾਬ ਦੀ ਰਾਜਨੀਤੀ 'ਚ ਕਈ ਮੋੜ ਆ ਚੁੱਕੇ ਆ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਤੁਹਾਨੂੰ ਕੀ ਲੱਗਦਾ ਹੈ ਕਿ PPP ਅਤੇ ਅਕਾਲੀ ਦਲ ਲੌਂਗੋਵਾਲ ਦੇ ਰਲ ਨਾਲ 2017 ਚੋਣਾਂ 'ਚ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊਗਾ? ਕੀ ਇਸ ਰਲੇਵੇਂ ਨਾਲ ਕਾਂਗਰਸ ਜਿੱਤਣ ਦੀ ਹਾਲਤ 'ਚ ਹੈ, 2017 ਚੋਣਾਂ ਜਿੱਤਣ ਦੀ ਹਾਲਤ 'ਚ ਹੈ? ਇਹਦੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹੁੰਦੇ ਹਾਂ। ਇਹ ਹੁਣ ਲਗਾਤਾਰ ਪੋਲੀਟੀਕਲ ਡਿਵੈਲਪਮੈਂਟਸ ਪੰਜਾਬ ਦੇ ਵਿੱਚ ਹੋ ਰਹੀਆਂ ਵਾ। ਇਸ ਤੋਂ ਕੁਝ ਦਿਨ ਪਹਿਲਾਂ PPP ਰਲੀ ਸੀ ਕਾਂਗਰਸ ਦੇ ਵਿੱਚ, ਹੁਣ ਇਸ ਵੇਲੇ
PPP ਦੇ ਨਾਲ ਨਾਲ ਅਕਾਲੀ ਦਲ ਲੌਂਗੋਵਾਲ ਵੀ ਅਕਾਲੀ ਦਲ ਦੇ ਇਹਦੇ ਵਿੱਚ ਕਾਂਗਰਸ ਦੇ ਵਿੱਚ ਰਲ ਗਿਆ ਵਾ। ਇਹ PPP ਔਰ ਅਕਾਲੀ ਦਲ ਲੌਂਗੋਵਾਲ ਸਾਂਝਾ ਮੋਰਚਾ ਦਾ ਹਿੱਸਾ ਸਨ, ਸਾਂਝਾ ਮੋਰਚੇ ਦੇ ਵਿੱਚ ਖੱਬੇ ਪੱਖੀ ਪਾਰਟੀਆਂ ਵੀ ਸੀ। ਸੋ ਇਹਦਾ ਹੁਣ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊਗਾ, ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹੁੰਦੇ ਹਾਂ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਿਆ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ ਸੁੰਦਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਬਲਦੇਵ ਸਿੰਘ ਚੀਨਾ ਬੋਲ ਰਿਹਾ ਜੀ, ਆਪਣੇ ਸਿਆਟਲ ਤੋਂ। ਹਾਂਜੀ ਹਾਂਜੀ ਬਲਦੇਵ ਸਿੰਘ ਜੀ। ਹਾਂਜੀ, ਆਪਣੇ ਬੇਨਤੀ ਇਸ ਤਰ੍ਹਾਂ ਜੀ, ਅੱਜ ਦਾ ਮਸਲਾ ਜਿਹੜਾ ਹੈਗਾ ਵੀ ਉਹਦੇ ਵਿੱਚ ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ ਵੀ ਜਿਹੜਾ ਲੌਂਗੋਵਾਲ ਦਲ ਆ ਉਹ ਮਤਲਬ ਉਹਦਾ ਤਕਰੀਬਨ ਲੌਂਗੋਵਾਲ ਦਲ ਆ, ਦੁਬਾਰਾ ਕਿਉਂ ਲੌਂਗੋਵਾਲ ਦਲ ਆ ਜਿਹੜਾ ਲੌਂਗੋਵਾਲ ਅਕਾਲੀ ਦਲ ਜਿਹੜਾ ਹੈਗਾ ਵਾ, ਇਹਦਾ ਜਿਹੜਾ ਪ੍ਰਭਾਵ ਆ ਆਪਾਂ ਸਾਰੇ ਪੰਜਾਬ 'ਚ ਨਹੀਂ ਕਹਿ ਸਕਦੇ, ਸਿਰਫ ਇਹਦਾ ਪ੍ਰਭਾਵ ਜ਼ਿਲ੍ਹਾ ਸੰਗਰੂਰ ਵਿੱਚ ਜਾਂ ਕੁਛ ਹਿੱਸਾ ਪਟਿਆਲੇ ਦਾ ਉਹਦੇ ਵਿੱਚ ਇਹਦਾ ਪ੍ਰਭਾਵ ਹੈ, ਬਾਕੀ ਸਾਰੇ ਪੰਜਾਬ ਵਿੱਚ ਇਹਦਾ ਪ੍ਰਭਾਵ ਨਹੀਂ ਹੈ। ਓਕੇ, ਅਤੇ ਉਹਦੇ ਵਿੱਚ ਜੇ ਫਰਕ ਸਿਰਫ ਪੈਣਾ ਆ ਤਾਂ ਜੇ ਸਿਰਫ ਚਲੋ ਜਿੱਦਾਂ ਤੁਸੀਂ ਕਿਹਾ ਕਿ ਇਹਨਾਂ ਦਾ ਜਿਹੜੀ ਵੋਟ ਹੈਗੀ ਆ ਉਸ ਇਲਾਕੇ ਵਿੱਚ ਜ਼ਰੂਰ, ਮਤਲਬ ਆਪਾਂ ਕਹਿ ਸਕਦੇ ਹਾਂ ਕਿ 5-10% ਜਿਹੜੀ ਆ ਉਸ ਇਲਾਕੇ 'ਚ ਜ਼ਰੂਰ ਹੈਗੀ ਇਹਨਾਂ ਦੀ ਸੰਗਰੂਰ ਇਲਾਕੇ ਵਿੱਚ, ਅਤੇ ਸਿਰਫ ਅਤੇ ਸਿਰਫ ਇਹਦਾ ਪ੍ਰਭਾਵ ਜਿਹੜਾ ਪੈਣਾ ਆ ਉਹ ਸਿਰਫ ਸੰਗਰੂਰ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਨੇ ਜਾਂ 1-2 ਸੀਟਾਂ ਪਟਿਆਲੇ ਦੀਆਂ ਉਹਦੇ ਵਿੱਚ ਜ਼ਰੂਰ ਕਾਂਗਰਸ ਨੂੰ ਫਾਇਦਾ ਹੋਏਗਾ। ਅਤੇ ਜ਼ਿਆਦਾ ਫਾਇਦਾ ਆਪਾਂ ਜੇ ਸਾਰੇ ਪੰਜਾਬ ਲੈਵਲ 'ਤੇ ਕਹੀਏ ਅਤੇ ਉਹਦੇ ਲੌਂਗੋਵਾਲ ਮਤਲਬ ਅਕਾਲੀ ਦਲ ਦੇ ਵਿੱਚ ਨਾਲ ਅਮਰਜ ਹੋਣ ਦੇ ਨਾਲ ਜ਼ਿਆਦਾ ਫਾਇਦਾ ਜਿਹੜਾ ਕਾਂਗਰਸ ਨੂੰ, ਮਤਲਬ ਸਾਰੇ ਪੰਜਾਬ 'ਚ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਮੈਂ ਆਪਣੇ ਜ਼ਿਲ੍ਹੇ ਗੁਰਦਾਸਪੁਰ ਨੂੰ ਰੱਖਦਾ ਹਾਂ ਸੰਬੰਧ, ਅਤੇ ਉਹਦੇ ਵਿੱਚ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਮੈਂ ਸਮਝਦਾ ਕਿ ਬਿਲਕੁਲ ਅਕਾਲੀ ਦਲ ਦਾ ਲੌਂਗੋਵਾਲ ਦਾ ਕੋਈ ਜ਼ਿਆਦਾ ਬਿਲਕੁਲ ਪ੍ਰਭਾਵ ਜਿਹੜਾ ਉਹ ਨੇ ਲਿਆ, ਅਤੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਵਿੱਚ ਵੀ ਜ਼ਿਆਦਾ ਪ੍ਰਭਾਵ ਨਹੀਂ ਹੈ। ਅਤੇ ਇਹ ਜ਼ਰੂਰ ਆ ਕਿ ਸੰਗਰੂਰ ਵਿੱਚ ਜ਼ਰੂਰ ਮਤਲਬ ਸੰਗਰੂਰ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਨੇ ਜਾਂ ਪਟਿਆਲੇ ਦੀਆਂ 2-3 ਸੀਟਾਂ ਉਹਦੇ 'ਚ ਜ਼ਰੂਰ ਪ੍ਰਭਾਵ ਪਏਗਾ। ਪਰ ਮੈਂ ਜਿੱਥੇ ਮਤਲਬ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਅਮਰਿੰਦਰ ਸਿੰਘ ਜਿੱਥੇ ਜੇ ਇਹਨਾਂ ਦਲਾਂ ਦੇ ਛੋਟੇ ਛੋਟੇ ਦਲਾਂ ਦੇ ਉੱਤੇ ਪ੍ਰਭਾਵ ਪਾ ਰਿਹਾ, ਜੇ ਸਭ ਤੋਂ ਜ਼ਿਆਦਾ ਅਗਰ ਇਹ ਜਿੰਨਾ ਯਤਨ ਕਰਨਾ ਚਾਹੀਦਾ ਹੈ ਤਾਂ ਉਹ ਜਿਹੜੀ ਬਸਪਾ ਹੈ, ਬਸਪਾ ਨੇ ਸਭ ਤੋਂ ਜ਼ਿਆਦਾ ਵੋਟ ਜਿਹੜੀ ਆ ਉਹ ਅਕਾਲੀ ਦਲ ਦੀ ਜਿਹੜੀ ਆ ਉਹਦੇ ਉੱਤੇ ਅਫੈਕਟ ਕਰਨੀ ਆ, ਉਹਨੇ ਜ਼ਿਆਦਾ ਤੋੜਨੀ ਆ, ਕਿਉਂਕਿ ਜਿਹੜੀ ਬਸਪਾ ਦੀ ਵੋਟ ਜਿਹੜੀ ਆ ਉਹ ਅਕਾਲੀ ਦਲ ਦੀ ਘੱਟ ਟੁੱਟਦੀ ਆ, ਉਹਦੇ ਵਿੱਚ ਕਾਂਗਰਸ ਦੀ ਬੜਾ ਜ਼ੋਰ ਟੁੱਟਦੀ ਆ। ਇਸ ਕਰਕੇ ਮੈਂ ਅਮਰਿੰਦਰ ਸਿੰਘ ਨੂੰ ਜੀ ਇਹ ਜ਼ਰੂਰ ਸਲਾਹ ਦੇਣੀ ਚਾਹਾਂਗਾ ਵੀ ਜਿਹੜਾ ਜਿਹੜੇ ਜ਼ੋਰ ਦੇਣਾ ਆ ਉਹ ਮਤਲਬ ਜੇ ਦੇਣਾ ਤਾਂ ਬਸਪਾ ਦੇ ਨਾਲ ਕਿਸੇ ਦਾ ਸਮਝੌਤਾ ਕਰ ਲੈਣ ਤਾਂ ਫਿਰ ਸਮਝਦਾ ਕਿ ਉਹਨਾਂ ਦੀ ਜਿਹੜੀ ਮਤਲਬ ਇਲੈਕਸ਼ਨ ਜਿੱਤਣ ਦੀ ਜਿਹੜੀ ਆ ਉਹ ਕਾਫੀ ਮਤਲਬ ਆਸ ਹੈ। ਤੋ ਬਾਕੀ ਮਿਹਰਬਾਨੀ, ਜੇ ਲੌਂਗੋਵਾਲ ਦਲ ਦੇ ਨਾਲ ਕੋਈ ਜ਼ਿਆਦਾ ਪ੍ਰਭਾਵ, ਮਿਹਰਬਾਨੀ, ਮੈਂ ਸਮਝ ਗਿਆ ਜੀ। ਮੇਰਾ ਖਿਆਲ ਹੈ ਜੇ ਅਗਲੀਆਂ ਚੋਣਾਂ 'ਚ ਮੁਕਾਬਲਾ ਬਹੁਤ ਜੇ ਫਸਵਾਂ ਹੋ ਗਿਆ ਤਾਂ ਉਹਦੇ 'ਚ ਫਿਰ 2-2, 3-3 ਸੀਟਾਂ ਦਾ ਫਰਕ ਵੀ ਉਹਦਾ ਵੀ ਫਾਇਦਾ ਹੋ ਸਕਦਾ ਵਾ ਜੇ ਜਿੱਤਣ ਦਾ। ਸੋ ਇਸ ਕਰਕੇ ਜੇ 2-3 ਸੀਟਾਂ ਵੀ ਲੌਂਗੋਵਾਲ ਗਰੁੱਪ ਜਿਹੜਾ ਵਾ ਉਹ ਕਾਂਗਰਸ ਨੂੰ ਲੈ ਦੇਵੇ ਤਾਂ ਫਿਰ ਉਹਦੇ ਨਾਲ ਵੀ ਇੱਕ ਤਰੀਕੇ ਦਾ ਫਾਇਦਾ ਹੈ। ਮੈਂ ਤੁਹਾਡੇ ਨਾਲ ਐਗਰੀ ਕਰਦਾ ਵਾਂ ਕਿ ਇਹ ਸਿਰਫ ਇੱਕ ਪਰਟੀਕੁਲਰ ਸੰਗਰੂਰ ਇਲਾਕੇ 'ਚ ਹੀ ਆ ਇਹਨਾਂ ਦਾ ਇਹਦਾ ਪ੍ਰਭਾਵ ਇਸ ਦਲ ਦਾ। ਜੇ ਆਪਾਂ ਸਾਰੇ ਪੰਜਾਬ ਦੀ ਗੱਲ ਕਰੀਏ ਤਾਂ ਸ਼ਾਇਦ ਜੇ ਬਸਪਾ ਨਾਲ ਬਹੁਜਨ ਸਮਾਜ ਪਾਰਟੀ ਦੇ ਨਾਲ ਕਾਂਗਰਸ ਦੀ ਕੋਈ ਸੰਧੀ ਹੋ ਜਾਵੇ ਜਾਂ ਐਗਰੀਮੈਂਟ ਹੋ ਜਾਵੇ ਤਾਂ ਉਹਦਾ ਕਿਤੇ ਜ਼ਿਆਦਾ ਫਾਇਦਾ ਹੋ ਸਕਦਾ ਵਾ, ਕਿਉਂਕਿ ਪੰਜਾਬ ਦੇ ਵਿੱਚ ਦਲਿਤ ਵੋਟ ਕਾਫੀ ਆ ਔਰ ਬਸਪਾ ਦਾ ਜਿਹੜਾ ਪ੍ਰਭਾਵ ਆ ਉਹ ਕੁਝ ਸੀਟਾਂ 'ਤੇ ਡੈਫੀਨੇਟਲੀ ਖਾਸ ਕਰਕੇ ਦੁਆਬੇ ਦੇ ਵਿੱਚ ਉਹਦਾ ਜ਼ਬਰਦਸਤ ਫਰਕ ਪੈ ਸਕਦਾ ਵਾ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ, ਤੁਸੀਂ ਔਨ ਏਅਰ ਜੇ ਦੱਸੋ, ਆਪਣੀ ਗੱਲ ਕਰੋ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਮੇਰੀ ਪੈਸਾ ਜੀ। ਹਾਂਜੀ ਹਾਂਜੀ ਸ਼ਰਮਾ ਜੀ, ਹਾਂਜੀ
ਸੰਧੂ ਸਾਹਿਬ ਜਿਹੜਾ ਬਰਨਾਲੇ ਗਰੁੱਪ ਦੀ ਜਿਹੜੀ ਗੱਲ ਹੈ ਨਾ, ਬਰਨਾਲਾ ਸਾਹਿਬ ਅਕਾਲੀ ਦਲ ਦੇ ਵਿੱਚੋਂ ਸਭ ਤੋਂ ਪੜ੍ਹਿਆ ਲਿਖਿਆ ਅਤੇ ਸਭ ਤੋਂ ਸਮਝਦਾਰ ਬੰਦਾ ਸੀ। ਇਸ ਲੋਕਾਂ ਨੇ ਕੀ ਕੀਤਾ ਕਿ ਇਹਨੂੰ ਪੋਲੀਟਿਕਸ ਦੇ ਵਿੱਚੋਂ ਪਾਸੇ ਕਰਤਾ, ਇਹਨੂੰ ਉੱਥੋਂ ਦਾ ਗਵਰਨਰ ਬਣਾਤਾ ਬਾਹਰ ਦਾ। ਇਸ ਕਰਕੇ ਬਰਨਾਲਾ ਸਾਹਿਬ ਉੱਥੇ ਟਿਕੇ ਰਹੇ ਇਮਾਨਦਾਰ ਦੇ ਸਾਹਮਣੇ ਆਪਸੀ ਉਸ ਪੋਸਤੇ, ਅਤੇ ਇੱਥੋਂ ਆਪਦੇ ਏਰੀਏ 'ਚ ਇਹਨਾਂ ਦਾ ਪ੍ਰਭਾਵ ਜਿਹੜਾ ਸੀਗਾ ਉਹ ਘੱਟਦਾ ਗਿਆ। ਜਿਸ ਤਰ੍ਹਾਂ ਕਿ ਅਗਲਾ ਪਹਿਲਾਂ ਮੈਥੋਂ ਪਹਿਲਾਂ ਕਿਸੇ ਕਾਰਨ ਨੇ ਗੱਲ ਕੀਤੀ, ਉਹ ਉਹੀ ਗੱਲ ਹੈਗੀ ਹੈ ਕਿ ਇਹਨਾਂ ਦਾ ਬਰਨਾਲਾ ਲੌਂਗੋਵਾਲ ਗਰੁੱਪ ਦਾ ਜਿਹੜਾ ਪ੍ਰਭਾਵ ਹੈਗਾ ਇਹ ਬਰਨਾਲੇ ਅਤੇ ਸੰਗਰੂਰ ਵਾਲੇ ਪਾਸੇ ਹੈਗਾ, ਬਾਲਾ ਇੰਨਾ ਹੈ ਨਹੀਂ ਗਾ। ਮੇਰਾ ਨਹੀਂ ਖਿਆਲ ਕਿ ਕਾਂਗਰਸ ਨੂੰ ਇਹਦੇ ਅਰਲੇਵੇਂ ਦੇ ਨਾਲ ਕੋਈ ਫਰਕ ਪਊਗਾ। ਪਰ ਸ਼ਰਮਾ ਜੀ ਅਗੇਨ ਤੁਸੀਂ ਉਹੀ ਗੱਲ ਕਹਿੰਦੇ ਨਾ ਵੀ ਬਹੁਤਾ ਫਰਕ ਨਹੀਂ ਪੈਣਾ, ਪਰ ਜੇ ਇੱਕ ਇੱਕ ਦੋ ਦੋ ਸੀਟਾਂ ਦਾ ਵੀ ਫਰਕ ਪੈ ਜਾਵੇ ਤਾਂ ਉਹਦੇ ਨਾਲ ਫਾਇਦਾ ਤਾਂ ਹੈ ਹੀ ਹੈ ਨਾ। ਸੰਧੂ ਸਾਹਿਬ ਦੂਸਰੀ ਗੱਲ ਇਹ ਹੈ ਕਿ ਇਸ ਟਾਈਮ ਜਿਹੜਾ ਉੱਥੋਂ ਜਿੰਨੇ ਸੰਬੰਧਾਂ ਦੇ ਨਾਲ ਖਬਰਾਂ ਉੱਥੋਂ ਲਈ ਦੀਆਂ ਉਹਦੇ 'ਚ ਇਹ ਵੀ ਹੈਗਾ ਕਿ ਇਹ ਆਮ ਪਾਰਟੀ ਦਾ ਗੜ ਹੈ ਇਹ ਅੱਜਕੱਲ੍ਹ ਇਹ ਜਗ੍ਹਾ। ਓਕੇ, ਸੋ ਆਮ ਪਾਰਟੀ ਦੀ ਗੜ ਆ, ਹੋ ਸਕਦਾ ਵਾ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਦੋ ਤਿੰਨ ਸੀਟਾਂ ਕੱਢਣੀਆਂ ਵੀ ਕਾਂਗਰਸ ਵਾਸਤੇ ਔਰ ਅਕਾਲੀ ਦਲ ਲੌਂਗੋਵਾਲ। ਦੇਖੋ ਜੀ ਇਹਨਾਂ ਨੂੰ ਸੀਟਾਂ ਜੀ ਅੱਬਲ ਤਾਂ ਦੋ ਦੇਣਗੇ, ਤਿੰਨ ਦੇਣੀਆਂ ਨਹੀਂ, ਦੋ ਦੇਣਗੇ। ਇੱਕ ਬਲਦੇਵ ਸਿੰਘ ਖੈਲਾ ਨੂੰ ਦੇਣਗੇ ਅਤੇ ਇੱਕ ਬਰਨਾਲਾ ਸਾਹਿਬ ਦੇ ਮੁੰਡੇ ਨੂੰ ਜਾਂ ਪੋਤੇ ਨੂੰ ਦੇਣਗੇ ਜੀ। ਕਿਉਂਕਿ ਬਰਨਾਲਾ ਸਾਹਿਬ ਜਿਹੜੇ ਆਪ ਆ ਇਹਨਾਂ ਦੇ ਹੋਣ ਦੇ ਵਿੱਚ ਜਦੋਂ ਇਹ ਮੁੱਖ ਮੰਤਰੀ ਸੀਗੇ ਉਦੋਂ ਦੂਜੇ ਲੋਕਾਂ ਨੂੰ ਇਹ ਗੱਲ ਠੀਕ ਨਹੀਂ ਸੀ ਲੱਗਦੀ ਕਿ ਇਹ ਬੰਦਾ ਜਿਹੜਾ ਹੈਗੇ ਮੁੱਖ ਮੰਤਰੀ ਦੀ ਕੁਰਸੀ 'ਤੇ ਕਿਵੇਂ ਬੈਠ ਸਕਦਾ ਅਤੇ ਅਸੀਂ ਉਸ ਕੁਰਸੀ ਤੋਂ ਥੱਲੇ ਕਿਵੇਂ ਆ ਜਾਈਏ। ਇਸੇ ਕਰਕੇ ਬਰਨਾਲਾ ਸਾਹਿਬ ਨੂੰ ਸਿਆਸਤ ਤੋਂ ਉਲਾਂਭੇ ਕਰਕੇ ਗਵਰਨਰ ਬਣਾ ਦਿੱਤਾ ਗਿਆ। ਇਹੀ ਕੁਛ ਹੁਣ ਹੋਇਆ ਕਾਂਗਰਸ ਦੇ ਵਿੱਚ ਕਿ ਜਿਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ, ਮੈਂ ਨਾਮ ਨਹੀਂ ਜਲਦੀ ਮੂੰਹ 'ਤੇ ਚੜ੍ਹਨਾ ਹੁਣ, ਬਾਜਵਾ ਸਾਹਿਬ ਦਾ, ਉਹਨਾਂ ਨੂੰ ਵੀ ਉਹ ਇਹ ਪੋਸਟ ਦੇ ਗਏ ਅਤੇ ਚੁੱਪ ਕਰਾ ਦਿੱਤਾ ਗਿਆ ਕਿ ਪੰਜਾਬ ਦੇ ਰੌਲੇ ਬੰਦ ਹੋਣ ਦਾ ਹੀ ਅਸਰ ਪਊਗਾ ਜੀ। ਜੀ ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਹੁਤ ਮਿਹਰਬਾਨੀ ਸ਼ਰਮਾ ਜੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਮਸਲੇ 'ਤੇ ਕਿ ਰਾਜੀਵ ਲੌਂਗੋਵਾਲ ਸੋਰੀ ਅਕਾਲੀ ਦਲ ਲੌਂਗੋਵਾਲ ਦਾ ਕਾਂਗਰਸ ਦੇ ਵਿੱਚ ਰਲਣ ਦੇ ਨਾਲ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ, ਗੁਰਫਤਿਹ ਜੀ। ਹਾਂਜੀ, ਕਰਨ ਸਿੰਘ ਪ੍ਰੇਮਪੁਰਾ ਬੋਲਦਾ ਨਿਊਯਾਰਕ ਤੋਂ। ਹਾਂਜੀ ਪ੍ਰੇਮਪੁਰਾ ਜੀ, ਹਾਂਜੀ। ਇਹਦੇ ਜਿੰਨੀ ਵੀ ਹਿੰਮਤ ਕਰ ਸਕਣ ਨਾ ਕਾਂਗਰਸ ਵਾਲੇ, ਹੋਰ ਵੀ ਜਿੰਨੇ ਵੀ ਹਮ ਖਿਆਲੀ ਪਾਰਟੀਆਂ ਹੈ ਜੀ, ਉਹਨਾਂ ਨੂੰ ਇੱਕ ਮਹਾਨ ਗਠਬੰਧਨ ਦਾ ਰੂਪ ਦੇ ਕੇ ਇਸ ਮੈਦਾਨ 'ਚ ਇਹਨਾਂ ਨੂੰ ਉਤਰਨਾ ਪੈਣਾ, ਕਿਉਂ ਆਮ ਵਾਲੇ ਵੀ ਤਿਆਰੀਆਂ ਖਿੱਚੀ ਫਿਰਦੇ ਨੇ ਪੂਰੀਆਂ। ਪ੍ਰੇਮਪੁਰਾ ਜੀ, ਤੁਸੀਂ ਹਮ ਖਿਆਲੀ ਕਿਹਾ ਵਾ, ਅਕਾਲੀ ਦਲ ਲੌਂਗੋਵਾਲ ਕਾਂਗਰਸ ਦੇ ਹਮ ਖਿਆਲੀ ਕਦੋਂ ਤੋਂ ਹੋ ਗਏ? ਵਿਚਾਰਧਾਰਾ ਵੱਲੋਂ ਹਮ ਖਿਆਲੀ ਨਹੀਂ ਨਾ ਹੈਗੇ, ਨਹੀਂ ਹਮ ਖਿਆਲੀ ਨੇ, ਹੋਰ ਜਿੰਨੇ ਵੀ ਹੈ ਨੇ। ਮੇਰਾ ਕਹਿਣ ਦਾ ਮਕਸਦ ਇਹ ਵੀ ਇਸ ਗਠਬੰਧਨ ਨੂੰ ਵਧਾਉਣਾ ਚਾਹੀਦਾ, ਨਾ ਕਿ ਵੀ ਇਕੱਲੇ ਆਪਣੇ ਸਿਰ ਤੇ ਛਾਲਾ ਮਾਰਨ, ਇਹਨੂੰ ਜਿੰਨਾ ਵੱਧ ਸਕਿਆ ਗਠਬੰਧਨ ਉਹਨਾਂ ਵਧਾਉਣ ਦੀ ਲੋੜ ਹੈ ਅੱਜ ਦੀ ਤਰੀਕ 'ਚ। ਬੇਬਾਨੀ, ਬਿਲਕੁਲ ਠੀਕ ਆ, ਮਹਾਂਗਠਬੰਧਨ ਤਾਂ ਸ਼ਾਇਦ ਬਿਹਾਰ ਵਾਂਗੂ ਨਹੀਂ ਬਣ ਸਕਦਾ ਇੱਥੇ, ਪਰ ਇਹ ਜ਼ਰੂਰ ਆ ਵੀ ਜਿੰਨੀਆਂ ਵੀ ਪਾਰਟੀਆਂ ਛੋਟੇ ਮੋਟੇ ਜਿੰਨੇ ਦਲ ਵੀ ਆ ਗੋਟੇ ਆ, ਜੇ ਨਾਲ ਰਲ ਲੈਣ ਤਾਂ ਉਹਦਾ ਕਾਂਗਰਸ ਨੂੰ ਡੈਫੀਨੇਟਲੀ ਅੱਧਾ ਅੱਧਾ ਪਰਸੈਂਟ, ਇੱਕ ਇੱਕ ਪਰਸੈਂਟ, ਦੋ ਦੋ ਪਰਸੈਂਟ ਵੋਟ ਦਾ ਫਾਇਦਾ ਜ਼ਰੂਰ ਹੋ ਸਕਦਾ ਵਾ, ਇਹਦੇ 'ਚ ਕੋਈ ਸ਼ੱਕ ਨਹੀਂ। ਦੇਖਦੇ ਹਾਂ ਸਾਡੇ ਅਗਲੇ ਜਿਹੜੇ ਦਰਸ਼ਕ ਆ ਉਹ ਇਸ ਮਸਲੇ ਉੱਤੇ ਆਪਣਾ ਕੀ ਵਿਚਾਰ ਦੇਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਪ੍ਰਗਟ ਜੀ, ਸਤਿ ਸ਼੍ਰੀ ਅਕਾਲ। ਉਮਰ ਆ
ਫਰਕ ਤੇ ਵੇਖੋ, ਪਹਿਲੀ ਵਾਰ ਮਾਝੇ ਚ 3-4-5 ਸੀਟਾਂ ਬਟਾਲੇ ਦੀ, ਫਤਿਹਗੜ੍ਹ ਚੂੜੀਆਂ ਦੀ, ਅਜਨਾਲੇ ਦੀ, ਪੱਟੀ ਦੀ, ਤਰ ਤਰ ਕਈ ਸੀਟਾਂ ਜਿਹੜੀਆਂ 500-1000 ਦੇ ਇਰਦ ਗਿਰਦ ਵੋਟਾਂ ਤੇ ਹਾਰ ਗਈਆਂ ਜੀ। ਤੇ ਜਦੋਂ 500-700 ਦੇ ਮੁਕਾਬਲੇ ਚ ਆ ਜਾਏ ਕੰਮ, ਤੇ ਫਿਰ ਤੇ ਪਾਸ ਕੋ ਬੜੀ ਚੀਜ਼ ਹੁੰਦੀ ਹੈ ਜੀ। ਬਿਲਕੁਲ ਠੀਕ ਹੈ। ਹੁਣ 2 ਮੇਜਰ ਪਾਰਟੀਆਂ ਰਲ ਜਾਣੀਆਂ, ਛੋਟੇ ਛੋਟੇ ਨਾਲੇ ਬਣ ਕੇ ਤੇ ਨਹਿਰ ਤੁਰੀ ਰਹਿੰਦੀ ਹੈ, ਤੇ ਵਿੱਚੋਂ ਟੇਲਾਂ ਦੇ ਪਾਣੀ ਪਹੁੰਚਣ ਨਹੀਂ ਦਿੰਦੇ ਜੇ ਪਿੱਛੇ ਮੋਗੇ ਹੋਣ ਆਪਣ। ਠੀਕ ਹੈ, ਬਿਲਕੁਲ। ਤੇ ਇਹ ਹੁਣ ਚਲੋ ਅਜੇ ਟਾਈਮ ਬਹੁਤ ਆ, ਬੜੀ ਟੁੱਟ ਭੱਜ ਦਾ ਜ਼ਮਾਨਾ ਆ ਗਿਆ। ਕਈਆਂ ਨੇ ਜਿਹੜੇ ਆਪ ਵੱਲ ਨੂੰ ਭੱਜੇ ਜਾਂਦੇ ਉਹਨਾਂ ਇੱਧਰ ਨੂੰ ਆਉਣਾ, ਕਈਆਂ ਨੇ ਇੱਧਰੋਂ ਟਿਕਟਾਂ ਨਾ ਮਿਲੀਆਂ ਕਾਂਗਰਸ ਚੋਂ ਉਹਨਾਂ ਵੀ ਜਾ ਕੇ ਮੋਢਿਆਂ ਤੇ ਚੜ੍ਹਨਾ। ਪਤਾ ਨਹੀਂ ਸਿਆਸਤ ਕਿਹੋ ਜਿਹੀ ਹੋ ਗਈ ਹੈ ਜੀ। ਪੰਜਾਬ ਬਾਰੇ ਤੇ ਕੋਈ ਸੋਚਦਾ ਨਹੀਂ, ਇਲੈਕਸ਼ਨ ਬਾਰੇ ਸੋਚਦੇ ਵੀ ਅਸੀਂ ਦਵਾਦਵ ਜਿੱਤ ਲਈਏ ਤੇ ਕਾਰਾਂ ਮਿਲ ਜਾਣ। ਬਿਲਕੁਲ, ਪੰਜਾਬ ਬਾਰੇ ਕੋਈ ਨਹੀਂ ਸੋਚਦਾ, ਇਲੈਕਸ਼ਨ ਬਾਰੇ ਸੋਚਦੇ ਆ। ਪਰ ਪ੍ਰਗਟ ਜੀ, ਤੁਹਾਨੂੰ ਕੀ ਲੱਗਦਾ ਵਾ ਵੀ ਜੋ ਇਹ ਮੂਵਮੈਂਟ ਹੋਈ ਆ, ਨਵੀਂ ਡਿਵੈਲਪਮੈਂਟ ਹੋਈ ਆ, ਇਹਦੇ ਨਾਲ ਇੱਕ ਤਰੀਕੇ ਨਾਲ ਅਕਾਲੀ ਦਲ ਲੌਂਗੋਵਾਲ ਦੀ ਹੋਂਦ ਤੇ ਬਿਲਕੁਲ ਖਤਮ ਹੋ ਗਈ ਨਾ? ਵੇਖੋ ਜੀ, ਤੁਸੀਂ ਵੇਖਿਓ ਬਾਦਲ ਸਾਹਿਬ ਤੱਕ ਇਹ ਰਹਿਣਾ ਉਹਨਾਂ ਦਾ ਵੀ ਨਾ, ਜਦੋਂ ਆਪਣੇ ਨਵਾਂ ਤੇ ਰੱਖ ਲਈਏ ਨਾ, ਕੋਈ ਵੀ ਚੀਜ਼ ਵੰਡੀਆਂ ਪਾ ਕੇ ਤੇ ਉਹ ਬਹੁਤਾ ਚਿਰ ਨਹੀਂ ਚੱਲਦੀ। ਬਹੁਤ ਬਹੁਤ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਹੀ, ਉਦੋਂ ਇਹਦਾ ਦਬ ਦਬਾ ਹੀ ਸਾਰੀ ਦੁਨੀਆਂ ਰਾਹ ਛੱਡ ਜਾਂਦੀ। ਹੁਣ ਸਾਰੇ ਨਿੱਕੇ ਨਿੱਕੇ ਨਿਆਣੇ ਵੀ ਇਹ ਸੋਚਦੇ ਵੀ ਬਾਦਲ ਸਾਹਿਬ ਜਿੰਨਾ ਚਿਰ ਹੈਗੇ ਆ ਇਹ ਬਾਦਲ ਅਕਾਲੀ ਦਲ ਰਹਿਣਾ, ਮੁੜ ਕੇ ਉਹ ਵੀ ਅਕਾਲੀ ਦਲ ਵੰਡਿਆ ਵੰਡਿਆ ਜਾਣਾ ਜੀ। ਬਿਲਕੁਲ ਬਿਲਕੁਲ ਠੀਕ ਹੈ ਪ੍ਰਗਟ ਜੀ, ਬਹੁਤ ਬਹੁਤ ਧੰਨਵਾਦ। ਇੱਕ ਬਹੁਤ ਵੱਡੀ ਗੱਲ ਕਹੀ ਹੈ ਉਹਨਾਂ ਨੇ, ਔਰ ਵਾਕਈ ਜੇ ਪਿਛਲੇ ਆਪਾਂ ਪੰਜਾਬ ਦੇ ਇਤਿਹਾਸ ਦੇ 30 ਸਾਲਾਂ ਦੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਇਹ ਡਿਵੈਲਪਮੈਂਟ ਕਾਫੀ ਹੈਰਾਨੀਜਨਕ ਆ ਕਿ ਅਕਾਲੀ ਦਲ ਲੌਂਗੋਵਾਲ ਕਾਂਗਰਸ ਨਾਲ ਰਲ ਗਿਆ। 1980 ਦਾ ਦਹਾਕਾ ਵੇਖ ਲਈਏ, 1990 ਦਾ ਦਹਾਕਾ ਵੇਖ ਲਈਏ, ਲਗਾਤਾਰ ਅਕਾਲੀ ਦਲ, ਉਦੋਂ ਬੇਸਿਕਲੀ ਅਕਾਲੀ ਦਲ ਲੌਂਗੋਵਾਲ ਹੀ ਸੱਤਾ ਦੇ ਵਿੱਚ ਸੀ, ਸੁਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਸੀ, ਲਗਾਤਾਰ ਉਹ ਕਾਂਗਰਸ ਦੇ ਅਗੇਂਸਟ ਐਲੀਗੇਸ਼ਨਸ ਲਾਉਂਦੇ ਰਹੇ, ਦੋਸ਼ ਲਾਉਂਦੇ ਰਹੇ ਵੀ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਵਾ, ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਕੀਤਾ, ਦਿੱਲੀ ਦੇ ਵਿੱਚ ਸਿੱਖਾਂ ਦੇ ਖਿਲਾਫ ਦੰਗੇ ਕਰਾਏ, ਉੱਥੇ ਹਿੰਸਾ ਕਰਾਈ, ਉਸੇ ਹੀ ਗੁੱਟ ਦੇ ਵਿੱਚ ਅੱਜ ਤੁਸੀਂ ਜਾ ਕੇ ਰਲ ਗਏ ਜੀ। ਸੋ ਕਿਹੜੀ ਆਈਡੀਓਲੋਜੀ, ਕਿਹੜੀ ਵਿਚਾਰਧਾਰਾ, ਇਹਨਾਂ ਲੋਕਾਂ ਦੀ ਕੀ ਸੋਚ ਆ, ਇਹਦੇ ਬਾਰੇ ਬੰਦਾ ਜਦੋਂ ਸੋਚਦਾ ਵਾ ਤਾਂ ਬੜੀ ਹੈਰਾਨਗੀ ਜ਼ਰੂਰ ਹੁੰਦੀ ਆ ਵੀ ਬੇਸਿਕਲੀ ਅਖੀਰ ਅਤੇ ਤੁਸੀਂ ਉਹ ਸੀਟਾਂ ਦੇ ਵਾਸਤੇ, 1 ਜਾਂ 2 ਜਾਂ 5 ਸੀਟਾਂ ਵਾਸਤੇ ਜਿੱਤ ਹਾਸਲ ਕਰਨ ਵਾਸਤੇ, MLA ਬਣਨ ਵਾਸਤੇ, ਸੱਤਾ 'ਚ ਆਉਣ ਵਾਸਤੇ, ਮਿਨਿਸਟਰ ਬਣਨ ਵਾਸਤੇ, ਤੁਸੀਂ ਸਭ ਕੁਝ ਆਪਣੀ ਜਿਹੜੀ ਵਿਚਾਰਧਾਰਾ ਵਾ ਉਹਨੂੰ ਤੁਸੀਂ ਛੱਡ ਸਕਦੇ ਜੀ। ਇਹੋ ਹੀ ਇੱਥੇ ਹੋ ਰਿਹਾ ਵਾ। ਇਹ ਇੱਕ ਸਾਨੂੰ ਬਾਕੀ ਮੁਲਕਾਂ ਤੋਂ ਸਿੱਖ ਲੈਣੀ ਚਾਹੀਦੀ ਆ, ਉੱਥੇ ਕਦੀ ਘੱਟ ਹੀ ਸੁਣੀਦਾ ਵਾ ਕਦੀ ਵੀ ਕੋਈ ਕੰਜ਼ਰਵੇਟਿਵ ਜਿਹੜਾ ਵਾ ਜਾਂ ਕੋਈ ਰਿਪਬਲਿਕਨ ਜਿਹੜਾ ਵਾ ਉਹ ਡੈਮੋਕਰੈਟ ਜਾਂ ਲਿਬਰਲ ਪਾਰਟੀ ਦੇ ਵਿੱਚ ਰਲ ਜਾਵੇ, ਪਰ ਇੱਥੇ ਇਹ ਆਮ ਹੀ ਹੁੰਦਾ ਰਹਿੰਦਾ ਵਾ। ਔਰ ਤੁਸੀਂ ਜਿਹਨਾਂ ਨੂੰ ਦੁਸ਼ਮਣ ਦੱਸਦੇ ਜੀ ਅੱਜ, ਕੱਲ੍ਹ ਨੂੰ ਉਹਨਾਂ ਦੇ ਵਿੱਚ ਹੀ ਜਾ ਕੇ ਤੁਸੀਂ ਰਲ ਜਾਂਦੇ ਜੀ, ਔਰ ਇਹੋ ਹੀ ਪੰਜਾਬ ਦੇ ਵਿੱਚ ਇਸ ਵੇਲੇ ਹੋਇਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਮਸਲੇ 'ਤੇ ਆਪਣਾ ਕੀ ਦ੍ਰਿਸ਼ਟੀਕੋਣ ਦੇਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਚਰਨਜੀਤ ਸਿੰਘ ਗੁੰਡਾਲਾ ਬੋਲਦਾ ਜੀ। ਹਾਂਜੀ ਹਾਂਜੀ ਚਰਨਜੀਤ ਜੀ, ਸਵਾਗਤ ਹੈ। ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ ਕਿ ਜਿਹੜੀ ਬਾਦਲ ਗਰੁੱਪ ਦੇ ਖਿਲਾਫ ਜਿਹੜੀ ਮੂਵਮੈਂਟ ਬਣਨ ਜਾ ਰਹੀ ਹੈ ਜੀ, ਅਕਾਲੀ ਦਲਾਂ ਦੀ, ਵੱਖ ਵੱਖ ਗਰੁੱਪਾਂ ਦੀ, ਤੇ ਇਹ ਉਹਨੂੰ ਇਹ ਬੜੀ ਵੱਡੀ ਸੈਟਬੈਕ ਲੱਗੇਗੀ। ਬਰਨਾਲਾ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੇ ਗਰੁੱਪ ਬਾਦਲ ਦੇ ਖਿਲਾਫ ਪੰਥਕ ਗਰੁੱਪ ਨੇ ਨਿੱਕੇ ਨਿੱਕੇ, ਉਹ ਇਕੱਠੇ ਹੋ ਕੇ ਸਾਂਝਾ ਮਾਜ ਬਣਾਉਣਾ ਚਾਹੁੰਦੇ ਆ, ਚਾਹੀਦਾ ਸੀ ਵੀ ਉੱਧਰ ਜਾਂਦੇ, ਉੱਧਰ ਜਾ ਕੇ ਉਹਨਾਂ ਨੂੰ ਸਹੀ ਤਰ੍ਹਾਂ ਗਾਈਡ ਕਰਦੇ, ਅਤੇ ਇਹ ਮੌਕਾ ਪ੍ਰਸਤੀ ਆ
ਕਹੀ ਜਾ ਸਕਦੀ ਹੈ ਇਹਨਾਂ ਦੀ। ਤੁਸੀਂ ਮੇਰੇ ਤੋਂ ਪਹਿਲਾਂ ਕਹਿ ਚੁੱਕੇ ਜੇ ਵੀ ਇਹ ਮੌਕਾ ਪ੍ਰਸਤੀ ਆ ਵੀ ਉਹ ਕੋਈ ਨਾ ਕੋਈ ਲੈਣਾ ਚਾਹੁੰਦੇ ਆ ਨਿੱਜੀ ਹਿੱਤ ਵਾਸਤੇ ਜੀ। ਹਾਂਜੀ ਚਰਨਜੀਤ ਜੀ, ਕੋਈ ਹੋਰ ਵੀ ਗੱਲ ਕਰਨੀ? ਨਹੀਂ ਬਸ ਦੇਖੋ ਮਿਹਰਬਾਨੀ, ਨਹੀਂ ਬਿਲਕੁਲ ਠੀਕ ਹੈ ਚਰਨਜੀਤ ਜੀ, ਪਰ ਤੁਸੀਂ ਕਿਹਾ ਨਾ ਕਿ ਉਹ ਸਾਰੇ ਹੁਣ ਅਕਾਲੀ ਦਲ ਬਾਦਲ ਦੇ ਖਿਲਾਫ਼ ਇਕੱਠੇ ਹੋ ਰਹੇ ਆ, ਪਰ ਇਹ ਕੋਈ ਨਵੀਂ ਗੱਲ ਨਹੀਂ। 2012 ਚੋਣਾਂ ਦੇ ਵਿੱਚ ਵੀ ਇਹ ਸਾਰੇ ਇਕੱਠੇ ਸੀ, ਉਦੋਂ ਸਾਂਝਾ ਮੋਰਚਾ ਬਣਿਆ ਹੀ ਸੀ। ਇਹ ਹੋਰ ਗੱਲ ਆ ਵੀ ਸਾਂਝਾ ਮੋਰਚਾ ਜਿਹੜਾ ਸੀਗਾ ਉਹਨੇ ਅੱਡ ਚੋਣਾਂ ਲੜੀਆਂ ਅਤੇ ਉਹ ਕਾਂਗਰਸ ਦੇ ਨਾਲ ਨਹੀਂ ਸੀ। ਸੋ ਇਨਫੈਕਟ ਥੋੜ੍ਹੀ ਜਿਹੀ ਕੰਸੋਲੀਡੇਸ਼ਨ ਤਾਂ ਇਹਨਾਂ ਪਾਰਟੀਆਂ ਦੀ ਜ਼ਰੂਰ ਹੋ ਰਹੀ ਆ, ਪਰ ਕਈ ਹੋਰ ਫੈਕਟਰ ਜਿਹੜੇ ਆ ਉਹ ਸਾਹਮਣੇ ਆ ਗਏ ਆ। ਜਿਵੇਂ ਮੈਂ ਅੱਗੇ ਕਿਹਾ ਵੀ 2012 ਔਰ 17 ਦੇ ਵਿੱਚ ਬਹੁਤ, ਸਿਰਫ 5 ਸਾਲਾਂ ਦਾ ਵਖਵਾ ਹੀ ਨਹੀਂ, ਹੋਰ ਵੀ ਸਿਆਸੀ ਡਿਵੈਲਪਮੈਂਟਸ ਬਹੁਤ ਹੋ ਗਈਆਂ ਵਾ। ਸੋ ਜੇ ਉਦੋਂ ਇਹ ਗੁੱਟ ਰਲ ਜਾਂਦੇ ਤਾਂ ਉਦੋਂ ਚੋਣਾਂ ਦੇ ਵਿੱਚ ਫਰਕ ਪੈ ਸਕਦਾ ਸੀ, ਹੁਣ ਉਹ ਫਰਕ ਪਊਗਾ ਕਿ ਨਹੀਂ ਇਹ ਮਸਲਾ ਆਪਾਂ ਅੱਜ ਵਿਚਾਰ ਰਹੇ ਹਾਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਪਣੇ ਸੰਧੂ ਸਾਹਿਬ, ਇਹਨਾਂ ਦੇ ਆਉਣ ਆਪਣੇ ਭਾਈ ਸਾਹਿਬ ਇੰਟਰੋਡਕਸ਼ਨ ਦਿਓ ਜ਼ਰਾ। ਨਿਰਭੈ ਸਿੰਘ ਬੋਲਦਾ ਕੈਨੇਡਾ ਤੋਂ। ਹਾਂਜੀ 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 ਭਾਈ ਸਾਹਿਬ। ਸੰਧੂ ਸਾਹਿਬ ਇਹਨਾਂ ਦੇ ਆਉਣ ਨਾਲ ਕੋਈ 1% ਵੋਟ ਦਾ ਫਰਕ ਨਹੀਂ ਪੈਣਾ, 1% ਵੀ ਨਹੀਂ ਪੈਣਾ, 1% ਦਾ ਵੀ ਫਰਕ ਨਹੀਂ। ਇਹਦਾ ਚੱਕਰ ਤੁਹਾਡਾ ਪਤਾ ਹੀ ਪੈਣਾ, ਤੁਹਾਡੀ ਜਿਹੜੀ ਆਪਣੀ ਆਪ ਦਾ ਵੀ ਚੱਕਰ ਆ, ਤੁਹਾਡੇ ਆਪਣੀ ਆਪ ਦਾ ਜੀ, ਆਪ ਨੇ PPE ਵਾਲਾ ਕੰਮ ਕਰ ਦੇਣਾ ਹੈ। ਓਕੇ, ਕਿਉਂਕਿ ਉਹ ਜਿਹੜਾ ਕੋਈ ਵੀ ਵਰਕਰ ਆ, ਹਰੇਕ ਵਰਕਰ ਨੂੰ ਧੱਕੇ ਨਾਲ ਤੂੜੀ ਜਾਂਦੇ ਆ, ਉਹਨੂੰ ਤੁਸੀਂ ਨਾਲ ਦਾ ਰੱਖ ਲਓ। ਓਕੇ, ਵੋਟ ਖਰਾਬ ਕਰੀ ਜਾਂਦੇ ਆ ਚੱਕ ਚੱਕ, ਤੁਸੀਂ ਨੋਟ ਕਰੋ ਅਪੁਆਇੰਟ, ਉਹ ਤੁਸੀਂ ਆਪਣਾ ਡਿਕਲੇਅਰ ਕਰੋ ਫੂਲਕਾ ਕਾਬਲ ਬੰਦਾ ਇੱਥੇ ਆਪਣੇ ਜਿਹੜਾ ਆਪਣੇ ਮੁੱਖ ਮੰਤਰੀ ਬਣਦੇ। ਓਕੇ, ਪੜ੍ਹਿਆ ਲਿਖਿਆ ਉਹਨੇ, ਆਪਣੀ ਕੁਰਬਾਨੀ ਵੀ ਹੈਗੀ ਉਹਦੀ। ਉਸ ਕਰਕੇ ਜਿਹੜੀ ਆਪ ਨੇ PPE ਵਾਲਾ ਕੰਮ ਕਰਕੇ ਇਹ ਬਾਦਲ ਨੂੰ ਦੁਬਾਰਾ ਜਿਤਾ ਦੇਣਾ, ਤੁਸੀਂ ਦੇਖ ਲਿਓ ਇਹ ਕੰਮ, ਤੁਸੀਂ ਕਰ ਦੇਣਾ। ਇਹਨੂੰ ਸੀਟਾਂ ਨਹੀਂ ਮਾਰੀਆਂ ਮਿਲਣੀਆਂ, 5-4 ਸੀਟਾਂ ਮੈਂ ਮਿਲਣਗੀਆਂ ਕਾਂਗਰਸ ਨੂੰ। ਸੋ ਤੁਹਾਨੂੰ ਕੀ ਲੱਗਦਾ ਵਾ ਕਿ ਤੁਸੀਂ ਇਹ, ਮੈਂ ਤੁਹਾਨੂੰ ਪ੍ਰੈਡਿਕਸ਼ਨ ਦਾ ਨਾਮ ਦੀ, ਉਹਨੇ PPE ਵਾਲੇ ਨੇ ਅੱਗੇ ਮਨਪ੍ਰੀਤ ਬਾਦਲ ਉਹਨੇ ਕਾਂਗਰਸ ਨੂੰ ਹਰਾਇਆ ਹੀ ਉਹਨੇ, ਉਹ ਨਾ ਖੜਦਾ ਉਹਨੇ ਕਈ ਥਾਂ ਤੋਂ ਸੀਟਾਂ ਸਾਰੀਆਂ ਖਰਾਬ ਕਰਤੀਆਂ ਕਾਂਗਰਸ ਦੀਆਂ। ਹੁਣ ਕਾਂਗਰਸ ਦਾ ਬੇੜਾ ਗੁੱਲ ਹੋਇਆ ਹੋਇਆ, ਤੁਹਾਡੀ ਆਪ ਦਾ ਆਪਣਾ ਆਧਾਰ ਵਧੀਆ ਬਣਿਆ ਹੋਇਆ ਬਹੁਤ ਜ਼ਿਆਦਾ, ਪਰ ਆਪ ਵਾਲੇ ਸੁੱਚਾ ਸਿੰਘ ਛੋਟੇਪੁਰ ਉਹ ਵਿੱਚੋਂ ਚੰਗੇ ਵਰਕਰਾਂ ਨੂੰ ਊਈ ਕੱਢੀ ਜਾਂਦੇ ਆ, ਉਹ ਬਹੁਤੀ ਚੰਗੀ ਰੁਝਾਨ ਨਹੀਂ ਹੈਗੀ, ਤੁਹਾਡੇ ਨਾਲ ਲੋਕ ਟੁੱਟਦੇ ਆ ਉਹਦੇ ਨਾਲ, ਤੁਸੀਂ ਕੱਢੋ ਨਾ ਉਹਨੂੰ, ਨਾ ਤਾਂ ਆਖੋ ਨਾ ਟਿਕਟ ਦਿਓ ਉਹਨਾਂ ਨੂੰ, ਮਿਹਰਬਾਨੀ ਨਾ ਤੁਸੀਂ ਉਹਨੂੰ ਡਿਕਲੇਅਰ ਕਰ ਦਿਓ ਜਿਹੜਾ ਇਹ ਤੁਸੀਂ। ਮਿਹਰਬਾਨੀ ਭਾਈ ਸਾਹਿਬ ਦਾ ਖਿਆਲ ਆ ਕਿ ਅਖੀਰ ਆਮ ਆਦਮੀ ਪਾਰਟੀ ਨੇ PPP ਵਾਲਾ ਰੋਲ ਹੀ ਨਿਭਾਉਣਾ, ਜੋ PPP ਨੇ ਰੋਲ 2012 ਚੋਣਾਂ 'ਚ ਨਿਭਾਇਆ ਸੀ ਉਹੀ ਆਪ ਜਿਹੜੀ ਹੈ 2017 'ਚ ਨਿਭਾਊਗੀ। ਇਸ ਵੇਲੇ ਆਪ ਦੀ ਚੜ੍ਹ ਜ਼ਰੂਰ ਹੈ, ਪਰ ਅਖੀਰ ਜਿਸ ਤਰ੍ਹਾਂ ਵਰਕਰ ਪਾਰਟੀ 'ਚੋਂ ਕੱਢੇ ਜਾ ਰਹੇ ਆ, ਵਰਕਰ ਟੁੱਟ ਰਹੇ ਆ, ਇਹਦਾ ਮਤਲਬ ਆ ਕਿ ਇਹ ਪਾਰਟੀ ਜਿਹੜੀ ਆ ਹੌਲੀ ਹੌਲੀ ਖਿਲਰ ਰਹੀ ਆ। ਇਹ ਭਾਈ ਸਾਹਿਬ ਦਾ ਖਿਆਲ ਆ, ਦੇਖਦੇ ਹਾਂ ਬਾਕੀ ਜਿਹੜੇ ਸਾਡੇ ਦਰਸ਼ਕ ਆ ਉਹ ਉਹਨਾਂ ਨਾਲ ਐਗਰੀ ਕਰਦੇ ਆ, ਉਹਨਾਂ ਨਾਲ ਸਹਿਮਤ ਹਨ ਕਿ ਨਹੀਂ, ਕਿ ਵਾਕਈ ਆਪ ਜਿਹੜੀ ਆ ਉਹ ਸਿਰਫ ਅਤੇ ਸਿਰਫ PPP ਵਰਗਾ ਰੋਲ ਹੀ ਨਿਭਾ ਸਕਦੀ ਆ, ਜਾਂ ਉਹ ਉਸ ਤੋਂ ਕਿਤੇ ਜ਼ਿਆਦਾ ਅਹਿਮ ਰੋਲ ਨਿਭਾ ਸਕਦੀ ਆ, ਆਪ ਉਹ ਸੱਤਾ 'ਚ ਆਉਣ ਦੇ ਕਾਬਿਲ ਹੈ ਕਿ ਨਹੀਂ ਹੈ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ, ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਦਲਵਿੰਦਰ ਸਿੰਘ ਸਿੱਧੂ ਬੋਲਦਾ ਜੀ ਨਿਊਯਾਰਕ ਤੋਂ। ਹਾਂਜੀ ਹਾਂਜੀ ਸਿੱਧੂ ਸਾਹਿਬ, ਤੁਹਾਨੂੰ ਕੀ ਲੱਗਦਾ ਵਾ ਵੀ ਜਿਹੜੀ ਆਪ ਆ ਇਹ ਸਿਰਫ ਮਹਿਜ਼ PPP ਵਾਂਗੂ ਉਹਨਾਂ ਕੀ ਰੋਲ ਨਿਭਾਊਗੀ ਜਾਂ ਜ਼ਿਆਦਾ ਅਹਿਮ ਰੋਲ ਨਿਭਾ ਸਕਦੀ ਹੈ? ਨਾ ਜੀ ਸੰਧੂ ਸਾਹਿਬ, 110% ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਰਾਈਟ, ਅੱਜ ਪ੍ਰੈਜ਼ੈਂਟ ਇਲੈਕਸ਼ਨ ਪ੍ਰੈਜ਼ੈਂਟ ਸਿਨੈਰੀਓ 'ਚ ਹੁੰਦੀਆਂ ਅਤੇ ਇਟ ਵਿਲ ਬੀ ਅ ਕਲੀਨ ਸਵੀਪ। ਓਕੇ, ਜਿਹੜੀ ਆ ਤੁਸੀਂ ਬਰਨਾਲਾ ਸਾਹਿਬ ਦੀ ਮਰਜਰ ਕਿਹਾ, ਇਹਦੇ 'ਚ ਸਪੈਂਟ ਫੋਰਸਿਸ ਹੈ ਸੰਧੂ ਸਾਹਿਬ ਇਹ ਸਾਰੀਆਂ ਜੀ।
ਚੱਲੇ ਹੋਏ ਕਾਰਤੂਸ ਹੈ ਇਹ। ਇਹਨਾਂ ਦਾ ਕੋਈ ਵੀ ਗਰਾਊਂਡ ਗ੍ਰਾਸਰੂਟ ਲੈਵਲ ਤੇ ਕੋਈ ਵੀ ਹੋਂਦ ਨਹੀਂ ਜੀ ਇਹਨਾਂ ਦੀ, ਨਾ ਸੰਗਰੂਰ ਚ ਨਾ ਬਰਨਾਲੀ ਚ। ਤੁਹਾਨੂੰ ਕੀ ਲੱਗਦਾ ਇਹ ਦੋ ਤਿੰਨ ਸੀਟਾਂ ਵੀ ਨਹੀਂ ਕੱਢ ਸਕਦੇ ਉੱਥੇ? ਨਾ ਜੀ, ਬਲਦੇਵ ਮਾਨ ਯੂ ਹੈਵ ਬੀਨ ਸੋ ਲੌਂਗ, ਤੁਹਾਨੂੰ ਪਤਾ ਬਲਦੇਵ ਮਾਨ ਨੂੰ ਇਹਨਾਂ ਨੇ ਇੱਕ ਟਿਕਟ ਦੇਣੀ ਹੈ, ਤੇ ਇੱਕ ਵੱਧ ਤੋਂ ਵੱਧ ਗਗਨਜੀਤ ਦੇ ਬੇਟੇ ਨੂੰ ਬਰਨਾਲਾ ਸਾਹਿਬ ਦੇ, ਜਾਂ ਸਿਮਰ ਪ੍ਰਤਾਪ ਜਾਂ ਗਗਨਜੀਤ ਨੇ, ਇਹਨਾਂ ਦੋਵਾਂ ਚੋਂ ਇੱਕ ਨੂੰ ਮਿਲੂਗੀ ਜੀ। ਹਾਂਜੀ, 100% ਜਮਾਨਤਾਂ ਜਬਤ ਹੋਣਗੀਆਂ ਇਹਨਾਂ ਨੇ ਸੀਟਾਂ ਕੀ ਕੱਢਣੀਆਂ। ਸਗੋਂ ਦੀ ਦਿਸ ਬੈਕਫਾਇਰ ਟੂ ਦਾ ਕਾਂਗਰਸ, ਉਹ ਆਮ ਆਦਮੀ ਪਾਰਟੀ ਦੇ ਇੰਨਾ ਜ਼ਿਆਦਾ ਪੋਜ਼ਿਟਿਵ ਜਾ ਰਹੀ ਹੈ ਇਹ ਗੱਲ, ਵੀ ਕਾਂਗਰਸ ਇੰਨੀ ਡੈਸਪਰੇਟ ਹੋ ਗਈ, ਇੰਨੀ ਸ਼ੇਕੀ ਹੋ ਗਈ। ਇੱਕ ਬਹੁਤ ਇੰਟਰਸਟਿੰਗ ਐਸਪੈਕਟ ਸਿੱਧੂ ਸਾਹਿਬ ਨੇ ਸਾਡੇ ਸਾਹਮਣੇ ਲਿਆ, ਇਹਨਾਂ ਨੂੰ ਜਿਹਦੇ ਨਾਲ ਇਹਨਾਂ ਨੂੰ ਮਰਜ ਕਰਨ ਵਾਲੇ 5-4 ਸੀਟਾਂ ਦਾ ਇਹਨਾਂ ਨੂੰ ਲਾਸ ਹੋਊਗਾ ਜੀ। ਓਕੇ ਓਕੇ, ਇਟਸ ਸੱਚ ਅ ਡੈਸਪਰੇਟ ਮੂਵ ਔਨ ਬਿਹਾਫ ਆਫ ਕਾਂਗਰਸ ਕਿ ਇੰਨੇ ਸ਼ੇਕੀ ਹੋ ਗਏ, ਹੁਣ ਇਹਨਾਂ ਨੂੰ ਬਰਨਾਲਾ ਸਾਹਿਬ ਨੂੰ 2 ਸੀਟਾਂ ਦੇ ਕੇ ਇੱਕ ਸਰਕਾਰ ਬਣਾਉਣਗੇ ਇਹ? ਰਾਈਟ, ਐਬਸੋਲੂਟਲੀ ਅਬਜ਼ਰਡ ਹੀ। ਆਮ ਆਦਮੀ ਪਾਰਟੀ ਨੋ ਵੇ, ਤੁਸੀਂ ਮੈਂ ਆਲਵੇਜ਼ ਹੀ ਜਿੰਨੀ ਵੀ ਗੱਲ ਤੁਹਾਡੇ ਨਾਲ ਕੀਤੀ ਹੈ ਜੀ, ਦਿਸ ਇਜ਼ ਅ ਰੈਵੋਲਿਊਸ਼ਨ, ਦਿਸ ਇਜ਼ ਨੋਟ ਐਨੀ ਪੋਲੀਟੀਕਲ ਗੇਮਿਕਸ ਜਾਂ ਪੋਲੀਟਿਕਸ ਹੋ ਰਹੀ ਹੈ। ਪੀਪਲ ਆਰ ਸੋ ਫੈਡ ਅਪ, ਲੋਕ ਚੁੱਪ ਹੈਗੇ ਜੀ, ਜੋ ਕੁਛ ਚੱਲ ਰਿਹਾ ਲੋਕਾਂ ਨੂੰ ਪਤਾ ਕਿਹਦੇ ਕੋਲ ਪੈਸਾ, ਕਿਹਨੇ ਲੁੱਟਿਆ। ਇਹ ਬੇਸਿਕਲੀ ਬਲੂਜ ਜਾਂ ਵਾਈਟ ਜਿਹੜੇ ਸ਼ੀਪਸ ਹੈਗੀਆਂ ਨਾ ਜੀ, ਪੀਪਲ ਵਿਲ ਥਰੋ ਦਮ ਆਊਟ। ਮਿਹਰਬਾਨੀ ਮਿਹਰਬਾਨੀ, ਸਿੱਧੂ ਸਾਹਿਬ ਨੇ ਬਿਲਕੁਲ ਆਪਣਾ ਵਿਊ ਕਲੀਅਰ ਸ਼ਬਦਾਂ ਦੇ ਵਿੱਚ ਸਾਹਮਣੇ ਪੇਸ਼ ਕੀਤਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ, ਲੋਕਾਂ ਨੇ ਆਈਡੈਂਟੀਫਾਈ ਕਰ ਲਿਆ ਵੀ ਕਿਹਨਾਂ ਲੋਕਾਂ ਨੇ ਸਾਡਾ ਨੁਕਸਾਨ ਕੀਤਾ, ਔਰ ਇਹ ਆਮ ਆਦਮੀ ਪਾਰਟੀ ਨੂੰ PPP ਦੇ ਨਾਲ ਮਿਲਾਉਣਾ ਬਿਲਕੁਲ ਇੱਕ ਜ਼ਿਆਦਤੀ ਆ, ਔਰ ਇਨਫੈਕਟ ਜੋ ਅੱਗੇ ਹੋਣ ਵਾਲਾ ਵਾ ਉਹ ਇੱਕ ਅਨਪ੍ਰੈਸੀਡੈਂਟਿਡ ਚੀਜ਼ ਜਿਹੜੀ ਆ ਉਹ ਨਜ਼ਰ ਆ ਰਹੀ ਆ। ਉਹਨਾਂ ਦਾ ਖਿਆਲ ਆ ਕਿ ਇਹ ਡੈਸਪਰੇਟ ਮੂਵ ਆ ਕਾਂਗਰਸ ਦੀ ਇਹੋ ਜਿਹੇ ਗੁੱਟਾਂ ਨੂੰ ਨਾਲ ਲਾਉਣਾ, ਔਰ ਇਹਦਾ ਉਹਨਾਂ ਨੂੰ 1% ਫਾਇਦਾ ਵੀ ਨਹੀਂ ਹੋਊ। ਸੋ ਅਸੀਂ ਬੇਸਿਕਲੀ ਗੱਲ ਕਰ ਰਹੇ ਹਾਂ ਕਿ ਅਗਲੀਆਂ 2017 ਚੋਣਾਂ ਦੇ ਵਿੱਚ ਜੋ ਪੋਲੀਟੀਕਲ ਮੂਵਸ ਹੋ ਰਹੀਆਂ ਵਾ ਉਹਨਾਂ ਦਾ ਕੀ, ਉਹ ਤੋਂ ਆਪਾਂ ਕੀ ਅਨੈਲਿਸਿਸ, ਕੀ ਅੰਦਾਜ਼ਾ ਲਾ ਸਕਦੇ ਹਾਂ? ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਡਿਸਕਸ਼ਨ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਅਸੀਂ ਬੇਸਿਕਲੀ ਅੱਜ ਗੱਲ ਕਰ ਰਹੇ ਹਾਂ ਕਿ ਅਕਾਲੀ ਦਲ ਲੌਂਗੋਵਾਲ ਦਾ ਕਾਂਗਰਸ ਨਾਲ ਰਲ ਨਾਲ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊ, ਵੱਖਰੇ ਵੱਖਰੇ ਵਿਚਾਰ ਆਏ ਆ। ਲਾਸਟ ਸਾਡੇ ਜਿਹੜੇ ਕਾਲਰ ਸਨ ਬਲਵਿੰਦਰ ਸਿੰਘ ਸਿੱਧੂ, ਉਹਨਾਂ ਦਾ ਖਿਆਲ ਆ ਕਿ ਇਹ ਇੱਕ ਡੈਸਪਰੇਟ ਮੂਵ ਆ, ਇਹਦੇ ਨਾਲ ਤੁਸੀਂ ਸਹਿਮਤ ਹਨ ਕਿ ਨਹੀਂ? ਆਪਾਂ ਇਹਦੇ ਬਾਰੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਵਿਚਾਰ ਜਿਹੜੇ ਆ ਬਾਕੀਆਂ ਨਾਲ ਸਾਂਝੇ ਕਰਾਂਗੇ। ਛੋਟੀ ਜੀ ਬ੍ਰੇਕ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੀ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦਾ ਕਾਂਗਰਸ ਦੇ ਵਿੱਚ ਮਰਜਰ ਦੀ। ਇਸ ਮਰਜਰ ਨਾਲ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊਗਾ ਇਹ ਅਸੀਂ ਗੱਲ ਕਰ ਰਹੇ ਹਾਂ, ਵੱਖਰੇ ਵੱਖਰੇ ਵਿਚਾਰ ਆ ਰਹੇ ਆ, ਕੁਝ ਸੱਜਣ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਜੀਤ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਗੁਰਪਾਲ ਤੁਰਨਾ ਬੋਲ ਰਿਹਾ ਜੀ, ਜਰਸੀ ਤੋਂ। ਹਾਂਜੀ ਗੁਰਪਾਲ ਜੀ। ਹਾਂਜੀ ਵੀਰ ਜੀ, ਗੱਲ ਤਾਂ ਜਦੋਂ ਵੱਡੇ ਵੱਡੇ ਤੂਫਾਨ ਆਉਂਦੇ ਆ ਨਾ, ਤਾਂ ਉਹਨਾਂ ਮੋਰੇ ਵੱਡੇ ਵੱਡੇ ਸਿੱਪ ਨਹੀਂ ਟਿਕਦੇ। ਜਦੋਂ ਵੱਡੇ ਵੱਡੇ ਤੂਫਾਨ ਆਉਂਦੇ ਆ ਉਦੋਂ ਉਹਨਾਂ ਦੇ ਮੋਰੇ ਕੋਈ ਸਿੱਪ ਨਹੀਂ ਟਿਕਦਾ। ਓਕੇ, ਕਾਂਗਰਸ ਦੇ ਇਤਿਹਾਸ ਵਿੱਚ ਜਿਹੜਾ ਮਰਜ਼ੀ ਰਲ ਜਾਏ, ਕਾਂਗਰਸ ਇੱਕ ਬੁਝਿਆ ਹੋਇਆ ਦੀਵਾ। ਓਕੇ, ਇਹਨਾਂ ਨੂੰ 0% ਫਾਇਦਾ ਹੋਣ ਵਾਲਾ ਨਹੀਂ ਕਿਸੇ ਪਾਸਿਓਂ। ਅੱਛਾ, ਪਰ ਗੁਰਪਾਲ ਜੀ ਕੋਸ਼ਿਸ਼ਾਂ ਤਾਂ ਉਹ ਪੂਰੇ ਕਰ ਰਹੇ ਆ ਨਾ। ਹੁਣ ਦੇਖੋ ਇਹਨਾਂ ਨੂੰ ਨਾਰ ਲਾ ਕੇ, ਹੁਣ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਤੋਂ ਤੁਹਾਡੇ ਨੌਰਥ ਅਮਰੀਕਾ ਦੇ ਦੌਰੇ 'ਤੇ ਵੀ ਆ ਰਹੇ ਆ। ਜੀ 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 ਜੀ, ਸੋ ਕੁਝ ਇਹ ਕਾਂਗਰਸ ਨੇ ਲੋਕਾਂ ਨੂੰ ਲੁੱਟਿਆ, ਇਹ ਇੱਕ ਗਲਾ ਹੋਇਆ ਕਾਰਤੂਸ ਚੱਲਿਆ ਕਾਰਤੂਸ ਹੈਗਾ। ਓਕੇ, ਹਰ ਬੰਦੇ ਨੂੰ ਪਤਾ ਕਿ ਦੋਨਾਂ ਪਾਰਟੀਆਂ ਨੇ 7-7 ਸਾਲ ਪੰਜਾਬ ਨੂੰ ਲੁੱਟਿਆ,
ਤਾਂ ਕਾਹਦੀ ਗੱਲ ਤੇ ਕਿਸ ਵੇਲੇ ਗਲੀ ਹੋਈ ਲਾਸ਼ ਆ ਜਿਹੜੀ ਮੁੱਠ ਮਾਰ ਸਕਦੀ ਆ, ਕਿਸੇ ਨੂੰ ਸਹਾਰਾ ਨਹੀਂ ਦੇ ਸਕਦੀ। ਸੋ ਤੁਹਾਨੂੰ ਕੀ ਲੱਗਦਾ 2017 ਚ ਹੁਣ ਕੀ ਲੱਗਦਾ ਵਾ, ਕੀ ਹੋਣ ਵਾਲਾ ਵਾ? ਜਿਹੜੇ ਮਰਜ਼ੀ ਸਮੀਕਰਨ ਬਦਲ ਜਾਣ, 110% ਸਰਕਾਰ ਜਿਹੜੀ ਆ ਆਮ ਆਦਮੀ ਦੀ ਆਊਗੀ। ਲੋਕ ਜਾਂਦੇ ਵੀ ਰਹਿਣੇ, ਆਉਂਦੇ ਵੀ ਰਹਿਣੇ, ਪਰ ਸੋਲਿਡ ਲੋਕ ਆਪ ਨਾਲ ਹੀ ਰਹਿਣਗੇ। ਲੋਕੀ ਆਪ ਦੇ ਨਾਲ ਹੀ ਰਹਿਣਗੇ, ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੋਣਾ ਕਾਂਗਰਸ ਨੂੰ। ਕਾਂਗਰਸ ਨੇ ਬਹੁਤ ਨੁਕਸਾਨ ਲੋਕਾਂ ਦਾ ਕੀਤਾ ਵਾ, ਇਹ ਗੁਰਪਾਲ ਸਿੰਘ ਹੋਣਾ ਦਾ ਕਹਿਣਾ ਵਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਉਹਨਾਂ ਨੇ ਐਗਰੀ ਕਰਦੇ ਆ ਜਾਂ ਨਹੀਂ, ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਪਰਮਜੀਤ ਬੋਲਦਾ ਜੀ, ਕੈਲਗਰੀ ਤੋਂ। ਹਾਂਜੀ ਪਰਮਜੀਤ ਜੀ, ਤੁਹਾਡਾ ਦੱਸੋ ਇਹਦੇ ਬਾਰੇ ਕੀ ਨਜ਼ਰੀਆ ਵਾ, ਜੋ ਆ ਸਿਆਸੀ ਡਿਵੈਲਪਮੈਂਟਸ ਆ। ਮੇਰਾ ਨਜ਼ਰੀਆ ਇਹ ਹੈ ਜੀ, ਚਾਹੇ ਕਾਂਗਰਸ ਅਤੇ ਚਾਹੇ ਅਕਾਲੀ, ਜਦੋਂ ਤੋਂ ਆਜ਼ਾਦੀ ਮਿਲੀ ਹੈ ਦੋ ਪਾਰਟੀਆਂ ਨੇ ਪੰਜਾਬ 'ਚ ਰਾਜ ਕੀਤਾ ਵਾ, ਰਾਈਟ? ਅਤੇ ਇਹ ਚਾਹੇ ਇੱਕ ਦੂਜੇ ਨਾਲ ਹੱਥ ਮਿਲਾਈ ਜਾਣ, ਜਿਹੜਾ ਜਿਹਦੇ ਨਾਲ ਮਰਜ਼ੀ ਗੱਠਜੋੜ ਕਰ ਲਵੇ, ਸਿਰਫ ਇੱਕੋ ਇੱਕ ਮਨੋਰਥ ਇਹਨਾਂ ਦਾ ਆਪਦੀ ਪਾਵਰ ਗ੍ਰੈਬ ਕਰਨਾ ਅਤੇ ਆਪਦਾ ਸੈਲਫ ਇੰਟਰਸਟ ਪਾਲਣਾ। ਓਕੇ, ਲੋਕਾਂ ਬਾਰੇ ਇਹਨਾਂ ਦੇ ਮਨ 'ਚ ਕੋਈ ਵੀ ਚਿੰਤਾ ਨਹੀਂ। ਤੇ ਮੇਰਾ ਖਿਆਲ ਹੈ ਲੋਕਾਂ ਨੂੰ ਆਪਦੇ ਫਿਊਚਰ ਨੂੰ ਸਾਹਮਣੇ ਰੱਖ ਕੇ ਜੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ, ਸਪੋਰਟ ਕਰਨੀ ਚਾਹੀਦੀ ਹੈ। ਓਕੇ, ਉਹਨਾਂ ਨੇ ਜੋ ਕੁਛ ਦਿੱਲੀ 'ਚ ਕੀਤਾ, ਇੰਨੀਆਂ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਸੈਂਟਰ ਵੱਲੋਂ ਤਾਂ ਵੀ ਕਾਫੀ ਸੁਧਾਰ ਕੀਤਾ ਵਾ, ਰਾਈਟ? ਤੇ ਮੈਂ ਮੇਰੇ ਖਿਆਲ 'ਚ ਇਹਨਾਂ ਤੋਂ ਜੋ ਮਰਜ਼ੀ ਗੱਠਜੋੜ ਕਰੀ ਜਾਣ, ਹਰ ਰੋਜ਼ ਹੁਣ ਵੀ ਨਵੇਂ ਤੋਂ ਨਵੇਂ ਘਟਾਲੇ, ਕਦੇ ਕਣਕ ਦੇ ਪੈਸੇ ਲੈ ਲਏ, ਕਦੇ ਦਵਾਈਆਂ ਦੇ, ਕਦੇ ਕਾਸੇ ਦੇ। ਸੋ ਸੋ ਮੱਚ ਕਰਪਸ਼ਨ ਇਜ਼ ਗੋਇੰਗ ਔਨ, ਇਟਸ ਨਾਟ ਗੋਇੰਗ ਟੂ ਦੀਸ ਪੀਪਲ ਸ਼ੁੱਡ ਨਾਟ ਵਿਨ ਐਂਡ ਪੀਪਲ ਸ਼ੁੱਡ ਵੇ ਐਂਡ ਪੀਪਲ ਸ਼ੁੱਡ ਬੀ ਕੰਸਰਨ ਅਬਾਊਟ ਦੇਅਰ ਫਿਊਚਰ ਜਨਰੇਸ਼ਨਸ। ਦੈਟਸ ਆਲ ਆਈ ਵਾਂਟ ਟੂ ਸੇ। ਪਰਮਜੀਤ ਜੀ, ਇੱਕ ਪਿੱਛੇ ਜੇ ਕਾਲਰ ਨੇ ਕਿਹਾ ਸੀਗਾ ਕਿ ਜੇ ਬਸਪਾ ਦੇ ਨਾਲ ਕਾਂਗਰਸ ਦੀ ਸੰਧੀ ਹੋ ਜੇ ਤਾਂ ਉਹਦਾ ਫਾਇਦਾ ਹੋ ਸਕਦਾ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਦੇਖੋ ਜੀ, ਭਾਜਪਾ ਵਾਲੇ ਵੀ ਤਾਂ ਪੁਰਾਣੀ ਪੋਲੀਟੀਕਲ ਪਾਰਟੀ ਹੈ, ਅਤੇ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਕਿਸੇ 'ਤੇ ਕੋਈ ਟਰੱਸਟ ਨਹੀਂ, ਸਿਰਫ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਹੈ। ਮੈਂ ਤੁਹਾਨੂੰ ਇੱਥੋਂ ਦੀ ਗੱਲ ਦੱਸਦਾ ਕੈਨੇਡਾ ਦੀ ਜੀ, ਜੇ ਇਹੀ ਪਾਰਟੀਆਂ ਇੱਥੇ ਇਲੈਕਸ਼ਨ ਲੜਦੀਆਂ ਹੁੰਦੀਆਂ ਤਾਂ ਇਹਨਾਂ ਦੇ 20 ਸਾਲ ਦੇ ਬਿਸਤਰੇ ਗੋਲ ਕੀਤੇ ਹੋਣੇ ਸੀ, ਜੋ ਇਹ ਘਟਾਲੇ ਕਰ ਰਹੇ ਆ, ਅਤੇ ਹੁਣ ਨੂੰ ਇਹਨਾਂ ਦੀ ਜੇਲ੍ਹਾਂ ਦੇ ਵਿੱਚ ਸਾਰੇ ਡੱਕੇ ਹੋਣੇ ਸੀਗੇ। ਅਤੇ ਪਰ ਇੱਥੇ ਇਹਨਾਂ ਦਾ ਜੋ ਕੁਛ ਚੰਬਦੀਆਂ ਚਲਾਉਂਦੇ ਆ, ਇਹ ਲੋਕਾਂ ਦੀ ਕਮਜ਼ੋਰੀ ਕਰਕੇ ਚੱਲ ਰਹੀਆਂ, ਨਾ ਕਿ ਇਹਨਾਂ ਦੀ ਤਾਕਤ ਕਰਕੇ। ਇਹਨਾਂ ਦੀ ਤਾਕਤ ਸਿਰਫ ਲੋਕਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਆ, ਅਤੇ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਹੈ। ਮਿਹਰਬਾਨੀ, ਮਿਹਰਬਾਨੀ, ਬਿਲਕੁਲ ਸਹੀ ਕਿਹਾ। ਇੱਥੇ ਘੁਟਾਲੇ ਹੁੰਦੇ ਆ, ਇਨਕੁਆਇਰੀਆਂ ਹੁੰਦੀਆਂ ਵਾ, ਪਰ ਕੋਈ ਵੱਖਰਾ ਵਿਰਲਾ ਹੀ ਬੰਦਾ ਜਿਹੜਾ ਵਾ ਉਹ ਜੇਲ੍ਹ ਜਾਂਦਾ ਵਾ, ਬਾਕੀ ਸਾਰੇ ਜਿਹੜੇ ਅਖੀਰ ਛੁੱਟ ਜਾਂਦੇ ਆ ਔਰ ਉਹਨਾਂ ਦਾ ਕੁਝ ਨਹੀਂ ਵਿਗੜਦਾ। ਹਰਿਆਣੇ 'ਚ ਜ਼ਰੂਰ ਜਿਹੜਾ ਚੁਟਾਲਾ ਪਰਿਵਾਰ ਆ ਉਹ ਇਸ ਵੇਲੇ ਅੰਦਰ ਆ, ਅਦਰਵਾਈਜ਼ ਕਈ ਇਨਕੁਆਇਰੀਆਂ ਹੋਈਆਂ। ਮੈਨੂੰ ਯਾਦ ਹੈ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਸੀ 85 ਔਰ 87 ਦੇ ਵਿੱਚ, ਉਹਨਾਂ ਦਾ ਬੇਟਾ ਇੱਕ ਤਾਂ ਗਗਨਜੀਤ ਬਰਨਾਲਾ ਜਿਹੜੀ ਹੁਣ ਤੁਸੀਂ ਫੋਟੋ ਵੇਖ ਰਹੇ, ਇੱਕ ਦੂਸਰਾ ਬੇਟਾ ਉਹਨਾਂ ਦਾ ਜਸਜੀਤ ਬਰਨਾਲਾ, ਜਸਜੀਤ ਸਿੰਘ ਬਰਨਾਲਾ, ਉਹ ਇੱਕ ਦਵਾਈਆਂ ਦੀ ਫੈਕਟਰੀ ਚਲਾਉਂਦਾ ਸੀ ਔਰ ਉਦੋਂ ਸਾਰੀਆਂ ਹੀ ਪੰਜਾਬ ਸਰਕਾਰ ਜਿਹੜੀਆਂ ਦਵਾਈਆਂ ਦੇ ਰਹੀ ਸੀ ਉਹਨਾਂ ਦੀ ਫੈਕਟਰੀ ਦੇ ਥਰੂ ਹੀ ਬਣਦੀਆਂ ਸੀ ਔਰ ਉਹੀ ਦਵਾਈਆਂ ਜਿਹੜੀਆਂ ਪੰਜਾਬ 'ਚ ਵਿਕਦੀਆਂ ਸੀ, ਜੈਪਸਨ ਨਾਂ ਦੀ ਇਹ ਫੈਕਟਰੀ ਸੀ। ਸੋ ਉਹਦੇ ਖਿਲਾਫ਼ ਵੀ ਉਦੋਂ ਐਲੀਗੇਸ਼ਨਸ ਲੱਗੀਆਂ, ਪਰ ਅਖੀਰ ਉਹਦਾ ਕੁਝ ਨਹੀਂ ਬਣਿਆ ਔਰ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ। ਸੋ ਇਹ ਬਿਲਕੁਲ ਸਹੀ ਕਿਹਾ ਇਹਨਾਂ ਨੇ ਕਿ ਇਹੋ ਹੀ ਪਾਰਟੀਆਂ ਜੇ ਕਿਤੇ ਅਮੈਰੀਕਨ ਪੋਲੀਟਿਕਸ ਦੇ ਵਿੱਚ ਹੁੰਦੀਆਂ ਤਾਂ ਉੱਥੇ ਇਹਨਾਂ ਦਾ ਬਿਸਤਰਾ ਹਮੇਸ਼ਾ ਵਾਸਤੇ ਸ਼ਾਇਦ ਗੋਲ ਹੋ ਜਾਂਦਾ, ਪਰ ਅਨਫੋਰਚੁਨੇਟਲੀ ਇੱਥੇ ਲੋਕ ਜਿਹੜੇ ਜਾਗਰੂਕ ਹੀ ਨਹੀਂ ਹੋਏ
ਔਰ ਇਸੇ ਕਰਕੇ ਲੋਕ ਜਿਹੜੇ ਆ ਉਹ ਨਜ਼ਰਅੰਦਾਜ਼ ਕਰ ਦਿੰਦੇ ਇਹੋ ਜਿਹੜੇ ਜਿਹੜੇ ਘੁਟਾਲੇ ਹੋ ਰਹੇ ਆ, ਪਰ ਹੁਣ ਚੇਂਜ ਜ਼ਰੂਰ ਆ ਰਹੀ ਆ ਔਰ ਸ਼ਾਇਦ ਆਪਾਂ ਨੂੰ ਇਹੋ ਜਿਹੀ ਚੇਂਜ ਲਿਆਉਣ ਦੀ ਹੀ ਲੋੜ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਮਸਲੇ ਬਾਰੇ ਕੀ ਗੱਲ ਕਹਿਣੀ ਚਾਹੁੰਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਸਰ, ਮੈਂ ਹਰਦੀਪ ਸਿੰਘ ਭੰਗੂ ਬੋਲ ਰਿਹਾ ਜੀ, ਵਰਜੀਨੀਆ ਤੋਂ। ਹਾਂਜੀ ਹਰਦੀਪ ਸਿੰਘ ਜੀ। ਹਾਂਜੀ, ਮੈਂ ਇਹ ਗੱਲ ਕਹਿ ਰਿਹਾ ਜੀ ਕਿ ਪੰਜਾਬ ਦੀ ਜਿਹੜੀ ਜ਼ਿਆਦਾ ਪਾਪੂਲੇਸ਼ਨ ਹੈ 80% ਉਹ ਖੇਤੀਬਾੜੀ ਅਤੇ ਖੇਤੀਬਾੜੀ ਦੇ ਜਿਹੜੇ ਵਰਕਰ ਨੇ ਉਹਨਾਂ 'ਤੇ ਡਿਪੈਂਡ ਆ ਜੀ, ਜਿਹੜੀ ਸਾਰੀ ਇਕੋਨਮੀ ਜੀ। ਅਤੇ ਮੈਂ ਇਸ ਗੱਲ ਦਾ ਆਇਆ ਕਿ ਜੇ ਜਿਹੜੀ ਵੀ ਮਰਜ਼ੀ ਪਾਰਟੀ ਹੋਵੇ, ਜੇ ਤਾਂ ਉਹ ਸੈਂਟਰ ਤੱਕ ਅਪਰੋਚ ਕਰ ਸਕਦੀ ਹੈ ਜੀ, ਸੈਂਟਰ ਤੱਕ ਅਪਰੋਚ ਕਰ ਸਕਦੀ ਹੈ। ਜੇ ਤਰ ਬਾਦਲ ਸਾਹਿਬ ਕੋਈ ਵੀ ਪਾਰਟੀ ਹੋਵੇ, ਚਾਹੇ ਉਹ ਮਨਮੋਹਨ ਸਿੰਘ ਸੀ ਜਾਂ ਮਤਲਬ ਦੂਜੀ ਕੋਈ ਵੀ ਪਾਰਟੀ ਹੋਵੇ, ਉਹ ਫਿਰ ਵੀ ਹੱਥ ਜੋੜ ਕੇ ਉੱਥੇ ਪਹੁੰਚ ਜਾਂਦੇ ਆ ਜੀ। ਸਾਨੂੰ ਜਿਵੇਂ ਇਸ ਵਾਰ ਤੁਹਾਨੂੰ ਪਤਾ ਹੀ ਹੋਣਾ, ਪਿਛਲੇ ਵੀਕ ਉਹ 20,000 crore ਦੀ ਲਿਮਿਟ ਚਾਹੀਦੀ ਸੀ ਕਣਕ ਖਰੀਦਣ ਲਈ ਜੀ। ਹਾਂਜੀ, ਉਹ ਉੱਥੇ ਫਿਰ ਵੀ ਪਹੁੰਚ ਗਏ ਜੀ, ਹਾਂਜੀ ਹੱਥ ਜੋੜ ਕੇ ਸਾਨੂੰ ਦਿਓ, ਸਾਡੇ ਕਿਸਾਨਾਂ ਨੂੰ ਜ਼ਰੂਰਤ ਆ। ਮੈਨੂੰ ਐਂ ਆ ਵੀ ਆਮ ਆਦਮੀ ਪਾਰਟੀ ਜੀ ਇਸ ਮਤਲਬ ਪੰਜਾਬ ਦੇ ਵਿੱਚ ਆ ਰਹੀ ਹੈ ਤਾਂ ਉਹ ਮਤਲਬ ਕਿਹਦੇ ਕੋਲੇ ਫਰਿਆਦ ਕਰੇਗੀ ਜਾਂ ਕੀ ਕਰੇਗੀ? ਉਹਨਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਉਹਨੂੰ ਗਰੰਟੀ ਲੈਣੀ ਚਾਹੀਦੀ ਹੈ ਕਿਸੇ ਕੰਮ ਦੀ, ਕਿਉਂਕਿ ਕਿਸਾਨ ਤਾਂ ਡੁੱਬ ਰਿਹਾ ਜੀ, ਬਿਲਕੁਲ ਪਹਿਲਾਂ ਹੀ ਡੁੱਬ ਰਿਹਾ। ਅਤੇ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਚਿਰ ਬਾਦਲ ਸਾਹਿਬ ਜਿਉਂਦੇ ਨੇ ਉਹਨਾਂ ਨਾਲੋਂ ਵਧੀਆ ਨੇਤਾ ਕੋਈ ਪੰਜਾਬ ਨੂੰ ਮਿਲ ਸਕਦਾ। ਰਾਈਟ ਹਰਦੀਪ ਸਿੰਘ ਜੀ, ਦੇਖੋ ਗੱਲ ਇਹ ਆ ਕਿ ਇਸ ਵੇਲੇ ਪਿਛਲੇ 9 ਸਾਲਾਂ ਤੋਂ ਲਗਾਤਾਰ ਜਿਹੜੀ ਸਰਕਾਰ ਆ ਉਹ ਆਪਣੇ ਅਕਾਲੀ ਭਾਜਪਾ ਦੀ ਆ, ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ, ਇਹਨਾਂ ਦੀਆਂ ਲਾਈਕ ਮਾਈਂਡਡ ਪਾਰਟੀਆਂ ਜਿਹੜੀਆਂ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਸੀ। ਇਹਦੇ ਬਾਵਜੂਦ ਪੰਜਾਬ ਦਾ ਤੁਸੀਂ ਆਪੇ ਜਿਵੇਂ ਕਿਹਾ ਵੀ ਕਿਸਾਨ ਜਿਹੜਾ ਵਾ ਉਹ ਥੱਲੇ ਜਾਂਦਾ ਰਿਹਾ ਵਾ, ਖੁਦਕੁਸ਼ੀਆਂ ਵੱਧ ਗਈਆਂ, ਕੋਈ ਵਾਹਦਾ ਫਾਇਦਾ ਨਹੀਂ ਹੋਇਆ। ਇਹ ਠੀਕ ਆ ਕਿ ਫਸਲ ਚੱਕ ਹੋ ਰਹੀ ਹੈ, ਫਸਲ ਐਵੇਂ ਕਿ ਚਲੋ ਠੀਕ ਹੈ, ਮੈਂ ਮੰਨਦਾ ਤੁਹਾਡੀ ਗੱਲ, ਪਰ ਫਸਲ ਫਿਰ ਵੀ ਕਿਉਂਕਿ ਤੁਸੀਂ ਇੱਕ ਘਰ ਦੇ ਵਿੱਚ ਵੀ ਹੋਵੋ ਨਾ, ਤੁਹਾਡੇ 4 ਨੌਕਰ ਹੋਣ, ਤੁਸੀਂ ਕੁਛ ਨਹੀਂ ਕਰ ਸਕਦੇ ਚਾਰਾਂ ਨੂੰ, ਤੇ ਮੈਂ ਮੰਨਦਾ ਤੁਹਾਡੀ ਗੱਲ, ਫਿਰ ਵੀ ਮਤਲਬ ਸਾਰੀ ਚੀਜ਼ ਦੇਖਣੀ ਪੈਂਦੀ ਹੈ। ਲੇਕਿਨ ਫਿਰ ਵੀ ਉਹ ਮਤਲਬ ਉਹ ਫਿਰ ਵੀ ਸੈਂਟਰ ਤੋਂ ਹੱਥ ਜੋੜ ਕੇ ਮਿਹਨਤਾਂ ਤਰਲੇ ਕਰਕੇ ਪੈਸੇ ਲੈ ਕੇ ਆਉਂਦੇ ਆ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜਿਹੜੀ ਮਤਲਬ ਆਪਣੀ ਟੈਕਸ ਸਥਿਤੀ ਆ ਜਾਂ ਹੋਰ ਆ, ਇਨਕਮ ਉਹਨੀ ਹੈ ਨਹੀਂ। ਇਹ ਹਰਦੀਪ ਸਿੰਘ ਜੀ, ਮੈਂ ਇੱਕ ਮਾਫ਼ ਕਰਨਾ, ਮੈਂ ਤੁਹਾਡਾ ਐਗਰੀ ਨਹੀਂ ਕਰਦਾ। ਇਹ ਬਰੋਡਲੀ ਤੁਸੀਂ ਕਹਿ ਰਹੇ ਜੇ, ਇਹ ਲੱਗਦਾ ਤਾਂ ਠੀਕ ਆ ਵੀ 20,000 crore ਦਾ ਕਪੜਾ ਹੋ ਗਿਆ, ਲੋਕਾਂ ਨੂੰ ਪੇਮੈਂਟਸ ਨਹੀਂ ਹੋ ਰਹੀਆਂ, ਬਾਦਲ ਸਾਹਿਬ ਮੋਦੀ ਸਾਹਿਬ ਕੋਲ ਪਹੁੰਚ ਗਏ, ਉੱਥੋਂ ਪੈਸੇ ਲੈ ਕੇ ਉਹਨਾਂ ਨੇ ਕਹਿ ਤਾ ਵੀ ਪੈਸੇ ਦੇ ਦਿਓ ਇਹਨਾਂ ਨੂੰ, ਪੇਮੈਂਟ ਸ਼ੁਰੂ ਹੋ ਜਾਣਗੀਆਂ। ਬਰੋਡਲੀ ਤਾਂ ਠੀਕ ਲੱਗਦਾ ਵਾ, ਪਰ ਮੈਂ ਅਸੀਂ ਆਪਸ ਦੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਉਹਦੇ ਨਾਲ ਅਸੀਂ ਗੱਲ ਕਰ ਰਹੇ ਸੀ ਵੀ ਪੰਜਾਬ ਦੇ ਵਿੱਚ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ, ਇਹਦਾ ਕੀ ਬਣੂਗਾ? ਅਤੇ ਅਰਵਿੰਦ ਕੇਜਰੀਵਾਲ ਕਹਿ ਰਹੇ ਸੀ ਵੀ ਮੇਰਾ ਦਿੱਲੀ ਦਾ ਐਕਸਪੀਰੀਅੰਸ ਆ ਵੀ ਐਵੇਂ ਲੋਕ ਕਹਿ ਦਿੰਦੇ ਜੀ ਸਰਕਾਰਾਂ ਕੋਲ ਪੈਸੇ ਹੈ ਨਹੀਂ। ਸਰਕਾਰਾਂ ਕੋਲ ਉਹਨਾਂ ਕਿਹਾ ਜੀ ਬਹੁਤ ਪੈਸੇ ਆ ਦਿੱਲੀ ਦੇ ਵਿੱਚ, ਹਾਲੀ ਸਾਨੂੰ ਸਰਕਾਰੋਂ ਦਿੱਲੀ ਸਰਕਾਰ ਵੱਲੋਂ ਯੂਨੀਅਨ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ, ਲੇਕਿਨ ਅਸੀਂ ਬੱਚਤ ਕਰਕੇ, ਹਰਦੀਪ ਸਿੰਘ ਜੀ ਇੱਕ ਮਿੰਟ ਮੇਰੀ ਗੱਲ ਸੁਣ ਲਓ, ਉਹ ਆਉਂਦੇ ਅਸੀਂ ਬੱਚਤ ਕਰਕੇ ਅਸੀਂ ਆਪਣੀ ਜਿਹੜੀ ਬਜਟ ਆ ਉਹਨੂੰ ਅਸੀਂ ਪੋਜ਼ਿਟਿਵ ਬਜਟ ਪੇਸ਼ ਕੀਤਾ। ਸੋ ਉਹ ਕਹਿ ਰਿਹਾ ਕਿ ਅੱਗੇ ਹੁੰਦਾ ਇਹ ਰਿਹਾ ਵਾ ਵੀ ਜਿਹੜਾ ਪੁਲ ਜਿੱਥੇ 1,000 crore ਰੁਪਈਆ ਹੁੰਦਾ ਸੀ, ਅਸੀਂ ਉਹ 200-300-400 crore ਦੇ ਵਿੱਚ ਉਹ ਪੁਲ ਬਣਾ ਲਿਆ, ਇਹੋ ਜਿਹੀ ਬਚਤ ਹੋ ਰਹੀ ਆ। ਸੋ ਉਹ ਆਉਂਦੇ ਆ ਵੀ ਤੁਸੀਂ ਫਿਕਰ ਨਾ ਕਰੋ, ਪੰਜਾਬ ਦੇ ਵਿੱਚ ਅਸੀਂ ਬਚਤ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਪੈਸੇ ਵੱਢੀ ਨਾ ਲੈ ਕੇ ਇੰਨੀ ਕੁ ਬਚਤ ਹੋ ਜੂਗੀ ਕਿ ਸ਼ਾਇਦ ਇਹ ਆਰਥਿਕ ਸਥਿਤੀ ਜਿਹੜੀ ਹੈ ਲੱਗ ਰਹੀ ਆ ਵੀ ਬਿਲਕੁਲ ਡਾਵਾਂਡੋਲ ਆ, ਇਹ ਆਰਥਿਕ ਸਥਿਤੀ ਨੂੰ ਅਸੀਂ ਸਟੇਬਲ ਕਰ ਸਕਾਂਗੇ। ਹਾਂਜੀ ਹਰਦੀਪ ਸਿੰਘ ਜੀ,
ਜੇ ਸਹੁੰ ਚੱਕ ਕੇ ਉਹ ਕਹਿ ਦੇਣ ਇਹ ਗੱਲ ਕਿ ਮੈਂ ਕਣਕ ਝੋਨਾ ਪੰਜਾਬ ਦੇ ਕਿਸਾਨ ਦਾ ਰੋਲ ਨਹੀਂ ਦੇਵਾਂਗਾ ਜੀ, ਤਾਂ ਪੰਜਾਬ ਦੇ ਕਿਸਾਨ ਕਿਉਂ ਨਹੀਂ ਵੋਟ ਪਾਉਣਗੇ? ਮੇਰੀ ਇੱਕ ਗੱਲ ਇਹ ਵੀ ਸਰੀਅਤ। ਦੇਖੋ ਭਾਈ ਸਾਹਿਬ, ਸਹੁੰ ਚੁੱਕਣਾ, ਸਹੁੰ ਤੇ ਚੁੱਕਣਾ ਮੁਸ਼ਕਲ ਹੁੰਦਾ ਵਾ, ਲੇਕਿਨ ਜੇ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਈ ਚੀਜ਼ਾਂ ਦੇ ਵਿੱਚ ਇੱਕ ਟਰਨ ਅਰਾਊਂਡ ਲਿਆਂਦਾ ਵਾ, ਉੱਥੋਂ ਜ਼ਰੂਰ ਆਪਾਂ ਆਸ ਕਰ ਸਕਦੇ ਹਾਂ ਵੀ ਹਾਂ, ਇੱਕ ਬਹੁਤ ਮੇਰੇ ਹਿਸਾਬ ਨਾਲ ਇੱਕ ਬਹੁਤ ਮਾਮੂਲੀ ਮਸਲਾ ਵਾ, ਕਾਂਗਰਸ ਸਰਕਾਰ ਵੇਲੇ ਵੀ ਫਸਲਾਂ ਚੁੱਕੀਆਂ ਗਈਆਂ ਸੀ, ਵੇਲੇ ਸਿਰ ਚੁੱਕੀਆਂ ਗਈਆਂ ਸੀ ਨਾ, ਸੋ ਇਹ ਕੋਈ ਬਹੁਤਾ ਮਸਲਾ ਨਹੀਂ ਗਾ। ਇਸ ਵੇਲੇ ਵੱਡਾ ਮਸਲਾ ਵਾ ਜਿਹਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹ ਹੈ ਵੀ ਖੁਦਕੁਸ਼ੀਆਂ ਕਿਵੇਂ ਰੋਕ ਸਕੀਏ। ਫਸਲਾਂ ਤਾਂ ਚੁੱਕੀਆਂ ਜਾਣਗੀਆਂ, ਯੂ ਕੈਨ ਰੈਸਟ ਅਸ਼ੋਰਡ, ਲੋਕਾਂ ਨੂੰ ਫਸਲਾਂ ਦੀ ਪੇਮੈਂਟ ਤਾਂ ਹੋ ਹੀ ਜਾਊਗੀ। ਇਹ ਤਾਂ ਇਹ ਮਸਲਾ ਹੀ ਹੈ ਨਹੀਂ ਗੇ, ਇਹ ਤਾਂ ਇਹਨਾਂ ਸਰਕਾਰਾਂ ਨੇ ਕ੍ਰੀਏਟ ਕੀਤੇ ਆ ਮਸਲੇ, ਲੈਟ ਮੀ ਟੈਲ ਯੂ ਦਿਸ। ਖੈਰ ਐਨੀਵੇ, ਬਹੁਤ 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 ਮਿਹਰਬਾਨੀ, ਮੈਨੂੰ ਖੁਸ਼ੀ ਆ ਕਿ ਤੁਸੀਂ ਇੱਕ ਦੂਜਾ ਪੱਖ ਵੀ ਜ਼ਰੂਰ ਸਾਹਮਣੇ ਰੱਖਿਆ। ਇਸੇ ਇਹੋ ਜਿਹਾ ਵਿਚਾਰ ਵਟਾਂਦਰਾ ਹੀ ਚਾਹੁੰਦੇ ਹਾਂ ਕਿ ਇਸ ਸ਼ੋਅ ਦੇ ਵਿੱਚ ਜ਼ਰੂਰ ਹੋਵੇ, ਸਾਰੇ ਪੱਖ ਸਾਹਮਣੇ ਆਉਣ ਔਰ ਆਪਾਂ ਇਹ ਪੱਖਾਂ ਦੇ ਉੱਤੇ, ਸਾਰੇ ਪੱਖਾਂ ਦੇ ਉੱਤੇ, ਸਾਰੇ ਵਿਚਾਰਧਾਰਾ ਦੇ ਉੱਤੇ ਆਪਾਂ ਵਿਚਾਰ ਕਰ ਸਕੀਏ, ਸੋ ਦੈਟ ਨਵੀਂ ਗੱਲ ਨਿਕਲ ਕੇ ਆਵੇ ਔਰ ਨਵੇਂ ਸੁਝਾਅ ਜਿਹੜੇ ਆ ਸਾਡੇ ਸਾਹਮਣੇ ਆਉਣ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜੀ ਸੁੱਚਾ ਸਿੰਘ ਲਵਾਣਾ ਬੋਲ ਰਿਹਾ ਜੀ, ਕਲੰਬਸ ਹਾਈਓ ਤੋਂ। ਹਾਂਜੀ ਹਾਂਜੀ ਸੁੱਚਾ ਸਿੰਘ ਜੀ। ਹਾਂਜੀ ਸਰ, ਚੱਕਰ ਇਹ ਹੈ ਵੀ ਜਿਹੜੀ ਕਿਸਾਨੀ ਦਾ ਆਪਣੇ ਐਵਰੀਡੇ ਸੁਸਾਈਡ ਹੁੰਦੀ ਆ, ਉਹ ਜਿੰਨਾ ਵੀ ਕਿਸਾਨ ਆ, ਜ਼ਿਆਦਾ ਨਹੀਂ ਤਾਂ 80% ਕਿਸਾਨ ਤਾਂ ਵੈਸੇ ਹੀ ਅਕਾਲੀ ਆ, ਅਕਾਲੀ ਅਕਾਲੀਆਂ ਨੂੰ ਹੀ ਮਾਰ ਰਿਹਾ ਜੀ। ਤੇ ਦੂਸਰੀ ਗੱਲ, ਆਪਣੇ ਕੈਪਟਨ ਸਾਹਿਬ ਅਮਰੀਕਾ ਆ ਰਹੇ ਨੇ ਜੀ, 5 ਤਰੀਕ ਤੋਂ ਲੈ ਕੇ 9 ਤਰੀਕ ਤੱਕ ਉਹਨਾਂ ਨੇ ਨਿਊਯਾਰਕ ਰਹਿਣਾ ਹੈ ਜੀ, ਤੇ ਮੈਂ ਖੁਦ ਉੱਥੇ ਆਪਣੇ ਸਾਰੇ ਕੋਰਟ ਦੇ ਕਾਗਜ਼, ਸਮਰਾਲਾ, ਲੁਧਿਆਣਾ, ਚੰਡੀਗੜ੍ਹ, ਜਿਹੜੇ ਦਿੱਲੀ ਤੋਂ ਮੈਨੂੰ ਕਾਗਜ਼ ਮਿਲੇ ਨੇ ਜੀ, ਉਹ ਲੈ ਕੇ ਪਹੁੰਚ ਰਿਹਾ। ਹੋ ਸਕਦਾ ਇੰਡੀਆ ਤੋਂ ਮੇਰਾ ਵਕੀਲ ਵੀ ਆ ਰਿਹਾ ਆ, ਓਕੇ, ਤੇ ਕੈਪਟਨ ਸਾਹਿਬ ਨੂੰ ਇਹ ਸਾਰਾ ਦਿਖਾਉਣਾ ਆ ਕਿ ਸਾਡੇ ਨਾਲ ਜਿਹੜਾ ਵੀ ਧੱਕਾ ਅਕਾਲੀ ਗੌਰਮੈਂਟ ਨੇ, ਜਿਹੜਾ ਹਰਚਰਨ ਸਿੰਘ ਢਿੱਲੋਂ PW ਦੇ ਵਿੱਚ ਮੰਤਰੀ ਜਿਹੜਾ, ਤੇ ਉਹਦਾ ਭਰਾ ਜਮੇਰ ਸਿੰਘ ਢਿੱਲੋਂ ਮਾਰਕਫੈਡ ਦੇ ਚੇਅਰਮੈਨ ਆ, ਕਿ ਆਹ ਕੀਤਾ ਆ ਅਕਾਲੀ ਦਾ, ਮੇਰਾ ਸਾਰਾ ਹੀ ਪਰਿਵਾਰ ਅਕਾਲੀ ਸੀ, ਹੁਣ ਸਾਡੇ ਧੱਕੇ ਨਾਲ ਉਹ ਛੱਡ ਗਿਆ ਉਹਨਾਂ, ਅਸੀਂ ਪਿੰਡਾਂ ਦੇ ਰਹਿਣ ਵਾਲੇ, ਸਾਡੀਆਂ ਹੀ ਜ਼ਮੀਨਾਂ ਅਕਾਲੀ ਦੱਬੀ ਜਾਂਦੇ ਨੇ। ਜ਼ਰੂਰ ਸੁੱਚਾ ਸਿੰਘ ਜੀ, ਜ਼ਰੂਰ ਮਿਲੋ ਕੈਪਟਨ ਅਮਰਿੰਦਰ ਸਿੰਘ ਨੂੰ, ਜ਼ਰੂਰ ਆਪਣੀ ਗੱਲ ਉਹਨਾਂ ਨੂੰ ਕਹੋ ਕਿ ਇਹ ਸਾਡੇ ਨਾਲ ਧੱਕਾ ਹੁੰਦਾ ਰਿਹਾ ਵਾ, ਔਰ ਜੇ ਤੁਹਾਡੀ ਸਰਕਾਰ ਆਈ ਤਾਂ ਤੁਸੀਂ ਇਹਦੇ ਬਾਰੇ ਕੀ ਕਹੋਗੇ? ਆਪਣਾ ਪੱਖ ਜ਼ਰੂਰ ਰੱਖੋ ਸੁੱਚਾ ਸਿੰਘ ਜੀ, ਬਿਲਕੁਲ ਬਿਲਕੁਲ ਮਿਹਰਬਾਨੀ। ਮੈਂ ਕਿਉਂਕਿ ਇਹ ਨਿੱਜੀ ਗੱਲ ਹੈ, ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ, ਸੋ ਮੈਂ ਮਾਫ਼ ਕਰਨਾ, ਮੈਂ ਕਾਲ ਵਿੱਚ ਕੱਟ ਰਿਹਾ ਵਾਂ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਗੱਲ ਕਰਨੀ ਚਾਹੁੰਦੇ ਆ। ਹੈਲੋ ਪੀਪਲ ਪਾਰਟੀ ਨਾਲ ਕੰਪੇਅਰ ਕਰਨਾ, ਪ੍ਰੀਵੀਅਸ ਕਾਲਰ ਨੇ ਬੜੀ ਵਧੀਆ ਗੱਲ ਕਲੀਅਰ ਕੀਤੀ ਆ ਜੀ, ਕਿ ਪੀਪਲ ਪਾਰਟੀ ਨਾਲ ਆਪ ਪਾਰਟੀ ਨੂੰ ਬਿਲਕੁਲ ਨਹੀਂ ਮਿਲਾਇਆ ਜਾ ਸਕਦਾ। ਰਾਈਟ, ਹਾਂਜੀ, ਆਮ ਪਾਰਟੀ ਦਾ ਜਿਹੜਾ ਮਤਲਬ ਆਧਾਰ ਆ ਬਹੁਤ ਚੰਗਾ ਤੇ ਕ੍ਰਿਸਟਲ ਕਲੀਅਰ ਹੈਗਾ। ਰਾਈਟ, ਹਾਂਜੀ, ਪਰ ਉਹ ਇੱਕ ਮੁੱਦਾ ਇਹ ਆ ਕਿ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ CM ਦਾ ਕੈਂਡੀਡੇਟ ਆ ਆਪ ਨੂੰ ਬਹੁਤ ਜ਼ਰੂਰੀ ਆ ਡਿਕਲੇਅਰ ਕਰਨਾ। ਓਕੇ,
ਜਿਹੜਾ ਕਿ ਮਤਲਬ ਕੋਈ ਚਿਹਰਾ ਹਾਲੇ ਤੱਕ ਇਹ ਲੱਗ ਨਹੀਂ ਰਿਹਾ ਕਿ ਕੌਣ ਇੱਕ ਸੀਐਮ ਦਾ ਜਿਹੜਾ ਵਾ ਐਕੂਰੇਟ ਕੈਂਡੀਡੇਟ ਹੋਏਗਾ। ਓਕੇ, ਹਾਂਜੀ। ਸੈਕਿੰਡ ਥਿੰਗ, ਜਿਹੜੇ ਆਮ ਆਦਮੀ ਦਾ ਮਤਲਬ ਕੇਜਰੀਵਾਲ ਸਾਹਿਬ ਨੂੰ ਨੈਸ਼ਨਲ ਲੀਡਰ ਅਤੇ ਪੀਪਲ ਆਫ ਪੰਜਾਬ ਐਕਸੈਪਟ ਨਹੀਂ, ਨੈਸ਼ਨਲ ਲੀਡਰ ਤਾਂ ਐਕਸੈਪਟ ਕਰਦੇ ਆ ਪਰ ਰੀਜਨਲ ਲੀਡਰ ਨਹੀਂ ਐਕਸੈਪਟ ਕਰਦੇ। ਮਿਹਰਬਾਨੀ, ਬਿਲਕੁਲ ਜੀ, ਤੁਹਾਡੇ ਵਿਚਾਰ ਕਲੀਅਰ ਹੈ। ਮੈਂ ਵਿੱਚ ਮਾਫ਼ ਕਰਨਾ, ਮੈਂ ਕੱਟ ਰਿਹਾ ਕਿਉਂਕਿ ਸਮਾਂ ਆਪਣੇ ਕੋਲ ਉਨਾ ਕੀ ਆ। ਬਿਲਕੁਲ ਸਹੀ ਗੱਲ ਤੁਸੀਂ ਕਹੀ ਕਿ ਇਸ ਵੇਲੇ ਪੀਪਲਸ ਪਾਰਟੀ ਆਫ ਪੰਜਾਬ ਔਰ ਆਮ ਆਦਮੀ ਪਾਰਟੀ ਨੂੰ ਮਿਲਾਉਣਾ, ਆਪਸ ਦੇ ਵਿੱਚ ਇਹਨੂੰ ਕੰਪੇਅਰ ਕਰਨਾ ਸਹੀ ਨਹੀਂ ਹੈ। ਪਰ ਫਿਰ ਵੀ ਆਮ ਆਦਮੀ ਪਾਰਟੀ ਨੂੰ ਆਪਣਾ ਇੱਕ ਤਾਂ ਸੀਐਮ ਕੈਂਡੀਡੇਟ ਡਿਕਲੇਅਰ ਕਰਨਾ ਪਊ, ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਤਾਂ ਪੰਜਾਬ ਦੇ ਲੋਕ ਮੰਨਦੇ ਆ ਪਰ ਪੰਜਾਬ ਦਾ ਇੱਕ ਰੀਜਨਲ ਲੀਡਰ ਨਹੀਂ ਮੰਨਦੇ। ਜ਼ਾਹਿਰ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਇਹ ਆਸ ਕਰਨਗੇ, ਕੋਸ਼ਿਸ਼ ਕਰਨਗੇ ਕਿ PPP ਵਾਂਗੂ ਆਮ ਆਦਮੀ ਪਾਰਟੀ ਵੀ ਕੇਵਲ ਖੇਡ ਖਰਾਬ ਕਰਨ ਦੀ ਭੂਮਿਕਾ ਹੀ ਨਿਭਾਏ। ਪਰ ਅੱਜ ਕੱਲ੍ਹ ਦੀ ਤਰੀਕ 'ਚ ਇਹ ਹਰਗਿਜ਼ ਹੁੰਦਾ ਨਜ਼ਰ ਨਹੀਂ ਆਉਂਦਾ। 2014 ਲੋਕ ਸਭਾ ਚੋਣਾਂ 'ਚ ਤੁਹਾਨੂੰ ਯਾਦ ਹੋਊਗਾ ਆਮ ਆਦਮੀ ਪਾਰਟੀ ਨੂੰ 4 ਲੋਕ ਸਭਾ ਸੀਟਾਂ ਹਾਸਲ ਹੋਈਆਂ ਸੀ। ਇਨਫੈਕਟ 4 ਸੀਟਾਂ ਜਿੱਤ ਕੇ ਉਹਨਾਂ ਨੇ ਕਾਂਗਰਸ ਨੂੰ ਵੀ ਮਾਤ ਦਿੱਤੀ ਸੀ, ਕਾਂਗਰਸ 3 ਸੀਟਾਂ ਜਿੱਤ ਸਕੀ ਸੀ। ਇਹ ਉਦੋਂ ਹੋਇਆ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਕੋਈ ਸਿਆਸੀ ਢਾਂਚਾ ਐਗਜ਼ਿਸਟ ਨਹੀਂ ਸੀ ਕਰਦਾ। ਇਸ ਵੇਲੇ ਆਮ ਆਦਮੀ ਪਾਰਟੀ ਦਾ ਕੁਝ ਹੱਦ ਤੱਕ ਸਿਆਸੀ ਢਾਂਚਾ ਜਿਹੜਾ ਵਾ ਉਹ ਬੜਾ ਕਲੀਅਰ ਨਜ਼ਰ ਆ ਰਿਹਾ ਵਾ ਅਤੇ ਦਿਨੋ ਦਿਨ ਪਾਰਟੀ ਜਿਹੜੀ ਆ ਉਹ ਤਾਕਤ ਵੀ ਫੜ ਰਹੀ ਹੈ। ਵਿੱਚ ਵਿੱਚ ਸੈਟਬੈਕਸ ਆ ਜਾਂਦੇ ਆ। ਕਾਂਗਰਸ ਅਤੇ ਅਕਾਲੀ ਦਲ ਦੇ ਬਿਆਨਾਂ ਤੋਂ ਇਹਨਾਂ ਦੋਵਾਂ ਪਾਰਟੀਆਂ 'ਚ ਆਪ ਪ੍ਰਤੀ ਆਮ ਆਦਮੀ ਪਾਰਟੀ ਤੁਸੀਂ ਇੱਕ ਤਰੀਕੇ ਨਾਲ ਜਿਹੜੀ ਹੜਬੜਾਹਟ ਕਹੀਏ ਉਹ ਨਜ਼ਰ ਆ ਰਹੀ ਹੈ। ਇਹਨਾਂ ਹਾਲਾਤਾਂ 'ਚ ਮਨਪ੍ਰੀਤ ਸਿੰਘ ਬਾਦਲ ਦੇ ਅਤੇ ਅਕਾਲੀ ਦਲ ਲੌਂਗੋਵਾਲ ਦੇ ਸ਼ਾਮਲ ਹੋਣ ਨਾਲ 1-2 ਸੀਟਾਂ 'ਤੇ, 2-3 ਸੀਟਾਂ 'ਤੇ ਜ਼ਰੂਰ ਫਰਕ ਪੈ ਸਕਦਾ ਵਾ। ਪਰ ਰਾਜ ਦੀ ਸਿਆਸਤ 'ਤੇ ਬਹੁਤਾ ਇਹਦਾ ਅਸਰ, ਜਿਵੇਂ ਬਹੁਤ ਸਾਰੇ ਕਾਲਰਸ ਨੇ ਕਿਹਾ, ਨਹੀਂ ਪੈ ਸਕਦਾ। ਹਾਂ, ਇਹ ਹੋ ਸਕਦਾ ਵਾ ਵੀ ਮੁਕਾਬਲਾ 3 ਤਰਫਾ ਹੋ ਜਾਵੇ, ਹਾਲਾਂਕਿ ਆਪ ਦੀ ਸਥਿਤੀ ਜਿਵੇਂ ਇਸ ਵੇਲੇ ਲੱਗ ਰਹੀ ਆ ਇਹ ਵੀ ਸ਼ਾਇਦ ਹੁੰਦਾ ਨਹੀਂ ਲੱਗ ਰਿਹਾ। ਪਰ ਦੇਖੋ ਅਗਲੇ ਮਹੀਨਿਆਂ 'ਚ ਕੀ ਪਾਣਾ ਜਿਹੜਾ ਵਾ ਉਹ ਵਾਪਰਦਾ ਵਾ। ਇੱਕ ਲਾਸਟ ਕਾਲ ਲੈ ਕੇ ਫਿਰ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ, ਹੈਲੋ, ਹਾਂਜੀ ਭਾਈ ਜੀ, ਵਾਹਿ ਖਾਲਸਾ ਵਾਹਿ ਫਤਿਹ। ਗੁਰਫਤਿਹ ਜੀ, ਹਾਂਜੀ, ਮੈਂ ਦਲੇਰ ਸਿੰਘ ਬੋਲ ਰਿਹਾ, ਆਮ ਆਦਮੀ ਪਾਰਟੀ ਦਾ ਹੀ ਬੰਦਾ ਵਾ। ਮੈਂ ਇੱਥੇ ਜਦੋਂ ਗਲੋਬਲ ਪੰਜਾਬ ਵਾਲਿਆਂ ਨੇ ਮੇਰੀ ਪਹਿਲ, ਹਾਂਜੀ ਹਾਂਜੀ, ਜਦੋਂ ਸਾਡੀ ਕੋਈ ਆਮ ਆਦਮੀ ਦੀ ਪਹੁੰਚ ਨਹੀਂ ਦਿੱਲੀ ਸੈਂਟਰ ਗੌਰਮੈਂਟ 'ਚ ਜੀ, ਪਰ ਸਾਰਾ ਹੀ ਇਹੋ ਹੀ ਹੈ ਵੀ ਪੰਜਾਬ ਦੀ ਜੋ ਇਨਕਮ ਹੈ ਪੰਜਾਬ ਵਿੱਚ ਹੀ ਲੱਗੀ ਜਾਵੇ ਤੇ ਪੰਜਾਬ ਨੂੰ ਬਚਾਇਆ ਜਾਵੇ ਉਹ ਸਭ ਤੋਂ ਬੈਟਰ ਹੈ। ਅੱਜ ਤੱਕ 50 ਸਾਲ ਤੱਕ ਇਹਨਾਂ ਪੰਜਾਬ ਨੂੰ ਲੁੱਟ ਕੇ ਖਾਧਾ, ਲੇਕਿਨ ਜੇਕਰ ਪੰਜਾਬ ਦੀ ਇਨਕਮ ਪੰਜਾਬ ਤੇ ਲਾਈ ਜਾਵੇ ਕਿਸਾਨ ਵੀ ਬਚ ਜਾਣਗੇ ਤੇ ਦੁਨੀਆ ਵੀ ਉੱਥੇ ਵੀ ਬਚ ਜਾਏਗੀ ਪੰਜਾਬ ਦਾ। ਮਿਹਰਬਾਨੀ ਭਾਈ ਸਾਹਿਬ, ਮਿਹਰਬਾਨੀ, ਪੰਜਾਬ ਦੀ ਇਨਕਮ ਪੰਜਾਬ 'ਚ ਹੀ ਲੱਗ ਜਾਵੇ, ਜਿਹੜੀ ਹੁਣ ਤੱਕ ਲੁੱਟ ਖਸੁੱਟ ਸੀ ਉਹ ਬੰਦ ਹੋ ਜਾਵੇ ਔਰ ਭ੍ਰਿਸ਼ਟਾਚਾਰ ਖਤਮ ਹੋ ਜਾਵੇ, ਉਹਦੇ ਨਾਲ ਹੀ ਬਹੁਤ ਫਰਕ ਪੈ ਜੂਗਾ। ਇਹ ਭਾਈ ਸਾਹਿਬ ਨੇ ਕਿਹਾ ਕਾਫੀ ਹੱਦ ਤੱਕ ਇਹ ਸਹੀ ਗੱਲ ਆ। ਪੈਸਾ ਸਰਕਾਰਾਂ ਕੋਲ ਹੁੰਦਾ, ਬਥੇਰਾ ਪੈਸਾ ਸਰਕਾਰ ਰਾਜ ਦੇ ਵਿੱਚੋਂ ਜਨਰੇਟ ਕਰ ਸਕਦੀ ਆ, ਪਰ ਉਹ ਜੇ ਉਹਦੀ ਲੁੱਟ ਖਸੁੱਟ ਬੰਦ ਹੋ ਜਾਵੇ ਔਰ ਉਹਦਾ ਸਹੀ ਇਸਤੇਮਾਲ ਹੋ ਜਾਵੇ ਤਾਂ ਬਹੁਤ ਫਰਕ ਪੈ ਜਾਂਦਾ। ਹੁਣ ਸਮਾਂ ਖਤਮ ਹੋ ਰਿਹਾ, ਹੁਣ ਆਪਾਂ ਕੱਲ੍ਹ ਮਿਲਾਂਗੇ। ਅੱਜ ਦੀ ਬਹੁਤ ਵਧੀਆ ਵਿਚਾਰ ਚਰਚਾ ਸੀ, ਕੱਲ੍ਹ ਆਪਾਂ ਗੱਲ ਕਰਾਂਗੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਉੱਤਰੀ ਅਮਰੀਕਾ ਨੌਰਥ ਅਮਰੀਕਨ ਦੌਰੇ ਦੀ। ਦੌਰੇ ਦੌਰਾਨ ਉਹਨਾਂ ਦੀ ਕਿਹੋ ਜਿਹੀ ਔਪਗਤ ਹੋਣ ਦੀ ਆਸ ਆ, ਇਸ ਬਾਰੇ ਆਪਾਂ ਕੱਲ੍ਹ ਗੱਲ ਕਰਾਂਗੇ। ਅੱਜ ਇੰਨਾ ਹੀ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰਾਖਾ।